ਲੋਕੀ ਸਾਨੂੰ ਸਵਾਲ ਬਹੁਤ ਘੱਟ ਕਰਦੇ, ਸਾਡਾ ਕਿਤੇ ਘਰਾਓ ਨਹੀਂ ਹੋਇਆ ਜਿਹੜਾ ਦੂਜੀ ਪਾਰਟੀਆਂ ਤੁਸੀਂ ਦੇਖੀ ਜਾਂਦੇ। ਬੜੇ ਆਰਾਮ ਨਾਲ ਜਾਂਦੇ ਹੋ, ਬੜੇ ਆਰਾਮ ਨਾਲ ਮੁੜੇ ਹੋ, ਕੋਈ ਗੱਲ ਨਹੀਂ, ਇਕੱਲੇ ਹੀ ਹੁਣ ਚੱਲੇ ਚਾਰ ਪਿੰਡਾਂ 'ਚ ਜਾਣਗੇ। ਅੱਛਾ, ਇੱਦਾਂ ਤਾਂ ਨਹੀਂ ਲੱਗਦਾ ਬਰਾੜ ਸਾਹਿਬ ਕਿ ਜਦੋਂ ਕਲਾਕਾਰ ਜਿਨ੍ਹਾਂ ਨੂੰ ਸਾਰੀ ਦੁਨੀਆ ਜਾਣਦੀ ਹੁੰਦੀ ਹੈ ਜਦੋਂ ਉਹ ਮੁਕਾਬਲੇ 'ਚ ਆ ਜਾਂਦੇ ਤਾਂ ਮੁਕਾਬਲਾ ਕਰਨਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ? ਨਹੀਂ ਜੀ, ਪਹਿਲਾਂ ਕੁਛ ਗੱਲਾਂ ਹੋਰ ਸੀ, ਲੋਕ ਬਹੁਤ ਸੂਝਵਾਨ। ਸਭ ਤੋਂ ਵੱਡੀ ਸਮੱਸਿਆ ਇੱਕ ਤਾਂ ਸਾਡੇ ਸ਼ੂਗਰ ਮਿੱਲ ਦੀ ਬਹੁਤ ਵੱਡੀ ਸਮੱਸਿਆ। ਨਹੀਂ, ਮਿੱਲ ਚੱਲਦੀ ਨਹੀਂ, ਮਿੱਲ ਤਾਂ ਫੂਡਨ ਜ਼ਮੀਨ ਵਿੱਚ ਹੀ ਸਾਰੀਆਂ। ਓਵਰਆਲ ਸਾਰੇ ਦੇਸ਼ ਦੇ ਵਿੱਚ ਕਾਂਗਰਸ ਦੀ ਸਥਿਤੀ ਕੀ ਲੱਗਦੀ? ਜਿਹੜੇ ਮੋਦੀ ਸਾਹਿਬ ਕਹਿੰਦੇ ਸੀ 400 ਤੋਂ ਪਾਰ ਜੀ, ਅਤੇ ਅੱਜ 400 ਤੋਂ ਪਾਰ ਦੀ ਗੱਲ ਕੌਣ ਕਰਦੀ? ਇਹ ਮੋਦੀ ਮੁਕਤ ਭਾਰਤ ਹੋ ਜਾਣਾ ਚਾਹੁੰਦੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀ ਵੀ। ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਅਤੇ ਲੋਕ ਸਭਾ ਚੋਣਾਂ 2024 ਤਕਰੀਬਨ ਆਪਣੇ ਆਖਰੀ ਗੇੜ ਦੇ ਵਿੱਚ ਜਿਹੜੀਆਂ ਉਹ ਪਹੁੰਚ ਚੁੱਕੀਆਂ। 7 ਪੜਾਵਾਂ ਦੇ ਵਿੱਚ ਸਾਰੇ ਭਾਰਤ 'ਚ ਵੋਟਾਂ ਪੈਣੀਆਂ ਸੀ, ਜਿਹਦੇ ਵਿੱਚੋਂ 5 ਪੜਾਵਾਂ ਦੀਆਂ ਵੋਟਾਂ ਮੁਕੰਮਲ ਹੋ ਚੁੱਕੀਆਂ, ਆਖਰੀ 2 ਗੇੜਾਂ ਦੀਆਂ ਵੋਟਾਂ ਰਹਿੰਦੀਆਂ। ਅਤੇ ਸਾਡੀਆਂ ਪੰਜਾਬੀਆਂ ਦੀਆਂ ਨਜ਼ਰਾਂ ਉਹਨਾਂ 2 ਗੇੜਾਂ ਦੇ ਉੱਤੇ ਲੱਗੀਆਂ, ਕਿਉਂਕਿ ਜਿਹੜਾ 6ਵਾਂ ਗੇੜ ਹੈ ਉਹਦੇ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ 'ਚ ਵੋਟਾਂ ਪੈਣੀਆਂ, ਅਤੇ 7ਵੇਂ ਗੇੜ ਦੇ ਵਿੱਚ ਪੰਜਾਬ ਵਾਲੀਆਂ ਵੋਟਾਂ ਨੇ, ਪੰਜਾਬ ਦੀਆਂ 13 ਸੀਟਾਂ, ਅਤੇ 14ਵੀਂ ਸਾਡੀ ਚੰਡੀਗੜ੍ਹ ਦੀ। ਅਤੇ ਚੰਡੀਗੜ੍ਹ ਜਿਹੜਾ ਉਹ ਪੰਜਾਬ ਦਾ ਹਿੱਸਾ, ਪੰਜਾਬ ਦੇ ਬਹੁਤ ਸਾਰੇ ਲੋਕ ਉਸ ਗੱਲ ਨੂੰ ਮੰਨਦੇ ਆ। ਅਤੇ ਅੱਜ ਅਸੀਂ ਫਰੀਦਕੋਟ ਦੀ ਧਰਤੀ 'ਤੇ ਹਾਂ, ਉਹ ਫਰੀਦਕੋਟ ਜਿਸ ਫਰੀਦਕੋਟ ਦੇ ਵਿੱਚ ਗਹਿ ਗੱਚ ਮੁਕਾਬਲੇ ਪਹਿਲਾਂ ਵੀ ਹੁੰਦੇ ਰਹੇ। ਮੈਂ ਛੋਟਾ ਹੁੰਦਾ ਸੀ ਤਾਂ ਮੈਨੂੰ ਯਾਦ ਹੈ ਇੱਕ ਵਾਰੀ 3 ਕੋਣਾ ਮੁਕਾਬਲਾ ਇੱਥੇ ਹੋਇਆ ਸੀ, ਅਤੇ ਉਸ ਵੇਲੇ ਇੱਕ ਪਾਸੇ ਸਰਦਾਰ ਸੁਖਵੀਰ ਸਿੰਘ ਬਾਦਲ ਸਨ, ਦੂਸਰੇ ਪਾਸੇ ਬੀਬੀ ਬਬਲੀ ਬਰਾੜ ਸਨ, ਤੀਸਰੇ ਪਾਸੇ ਜਗਮੀਤ ਸਿੰਘ ਬਰਾੜ ਸਨ। ਅਤੇ ਉਹ 3 ਕੋਣੇ ਮੁਕਾਬਲੇ ਦੇ ਵਿੱਚ ਉਦੋਂ ਇਲੈਕਟ੍ਰੋਨਿਕ ਮੀਡੀਆ ਤਾਂ ਬਹੁਤ ਵੱਡਾ ਨਹੀਂ ਸੀ ਹੁੰਦਾ, ਉਦੋਂ ਬਹੁਤਾ ਕੰਮ ਅਖਬਾਰਾਂ ਤੋਂ ਚੱਲਦਾ ਹੁੰਦਾ ਸੀ, ਪਰ ਰੋਜ਼ 2-2 ਸਫ਼ੇ ਇਸੇ ਹਲਕੇ ਦੀ ਜਿਹੜੀ ਹੈ ਉਹ ਸਰਗਰਮੀ ਦੇ ਨਾਲ ਭਰੇ ਹੁੰਦੇ ਸੀ। ਹੁਣ ਹਲਕਾ ਥੋੜ੍ਹਾ ਜਿਹਾ ਬਦਲਿਆ, ਰਿਜ਼ਰਵ ਹੋਇਆ, ਬਾਦਲ ਪਰਿਵਾਰ ਵੀ ਇੱਕ ਪਾਸੇ ਨੂੰ ਚਲੇ ਗਿਆ ਉਸ ਹਲਕੇ ਤੋਂ, ਬਠਿੰਡੇ ਵਾਲੇ ਪਾਸੇ ਨੂੰ, ਬਾਕੀ ਪਾਰਟੀਆਂ ਦੇ ਵੱਡੇ ਲੀਡਰ ਵੀ ਸੱਜੇ ਖੱਬੇ ਹੋਏ ਆ। ਪਰ ਐਤਕੀ ਵੀ ਦਿਲਚਸਪੀ ਜਿਹੜੀ ਹੈ ਫਰੀਦਕੋਟ ਲੋਕ ਸਭਾ ਹਲਕੇ ਤੋਂ ਸਾਰਿਆਂ ਦੀ ਵਧੀ ਹੋਈ ਹੈ, ਕੁਝ ਉਮੀਦਵਾਰਾਂ ਦੇ ਕਰਕੇ ਅਤੇ ਕੁਝ ਹਲਕੇ ਦੇ ਆਪਣੇ ਮੁੱਦਿਆਂ ਦੇ ਕਰਕੇ। ਅਤੇ ਅੱਜ ਸਾਡੇ ਨਾਲ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਦੀਪ ਸਿੰਘ ਜੀ ਬੱਬੂ ਬਰਾੜ, ਪੁਰਾਣਾ ਸਿਆਸੀ ਪਿਛੋਕੜ ਹੈ ਇਹਨਾਂ ਦਾ, 3 ਪੀੜ੍ਹੀਆਂ ਹੋ ਗਈਆਂ ਰਾਜਨੀਤੀ ਦੇ ਵਿੱਚ। ਕਾਂਗਰਸ ਪਾਰਟੀ ਦੇ ਮੌਜੂਦਾ ਫਰੀਦਕੋਟ ਦੇ ਵਿੱਚ ਹਾਲਾਤ ਕੀ ਨੇ, ਫਰੀਦਕੋਟ ਦੀਆਂ ਸਮੱਸਿਆਵਾਂ ਕੀ ਨੇ, ਫਰੀਦਕੋਟ ਦੇ ਲੋਕਾਂ ਦਾ ਰੁਝਾਨ ਕੀ ਹੈ, ਹੁਣ ਤੱਕ ਦੇ ਚੋਣ ਪ੍ਰਚਾਰ ਦੇ ਵਿੱਚ ਗੱਲ ਕਿੱਥੇ ਕੁ ਤੱਕ ਅਪੜੀ ਹੈ, ਉਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਕੁਝ ਹੋਰ ਫੁਟਕਲ ਗੱਲਾਂ ਵੀ ਹੋਣਗੀਆਂ ਜਿਹੜੀਆਂ ਤੁਸੀਂ ਪਹਿਲਾਂ ਨਹੀਂ ਸੁਣੀਆਂ ਹੋਣੀਆਂ। ਆਪਾਂ ਬੱਬੂ ਬਰਾੜ ਸਾਹਿਬ ਦੇ ਨਾਲ ਗੱਲ ਕਰਦੇ। ਬਰਾੜ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ, ਕੀ ਹਾਲ ਚਾਲ ਨੇ ਜੀ? ਬਹੁਤ ਵਧੀਆ ਬਰਾੜ ਸਾਹਿਬ, ਪਹਿਲਾਂ ਤਾਂ ਤੁਹਾਨੂੰ ਜੀਆਂ ਨੂੰ ਬਾਬਾ ਫਰੀਦ ਨਗਰ ਦਿੱਤੇ ਆਏ ਹੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਛਾ ਬਰਾੜ ਸਾਹਿਬ, ਮੈਨੂੰ ਇਹ ਦੱਸਿਓ ਕਿ ਜਦੋਂ ਪਰਿਵਾਰ ਰਾਜਨੀਤੀ ਦੇ ਵਿੱਚ ਹੁੰਦਾ ਫਿਰ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ, ਜਦੋਂ ਛੋਟੇ ਹੁੰਦੇ ਸੀ ਉਦੋਂ ਹੀ ਹਿਸਾਬ ਕਿਤਾਬ ਜਿਹਾ ਲਾ ਲਿਆ ਸੀ ਕਿ ਭਾਈ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਬਣਨਾ ਜਾਣਾ ਹੀ ਰਾਜਨੀਤੀ 'ਚ? ਨਹੀਂ, ਪਹਿਲਾਂ ਨਹੀਂ ਸੀ। ਅੱਛਾ ਜੀ। ਮੈਨੂੰ ਤਾਂ ਸ਼ੌਕ ਖੇਤੀ ਦਾ ਸੀ। ਖੇਤੀ ਦਾ ਸੀ? ਖੇਤੀ ਦਾ ਬਹੁਤ। ਚਲੋ ਮੈਂ ਇੱਥੇ ਹੀ ਰੋਕ ਦਿੰਦਾ। ਕਦੇ ਟਰੈਕਟਰ ਚਲਾਇਆ ਬਰਾੜ ਸਾਹਿਬ? ਬਹੁਤ ਚਲਾਇਆ ਜੀ। ਹੁਣ ਵੀ ਮੇਰੀ ਜਿਹੜੀ ਜ਼ਮੀਨ ਹੈ ਇਕੱਲੇ ਰਾਜਸਥਾਨ 'ਚ ਹੈ। ਠੀਕ ਹੈ, ਉੱਥੇ ਵੀ ਜਾ ਕੇ ਚਲਾਉਣਾ ਮੈਂ। ਟਰੈਕਟਰ ਕਿਹੜਾ ਚਲਾਇਆ ਅੱਜ ਤੱਕ? ਮੈਂ ਹੁਣ ਪੇਪਰ ਹੀ ਲੈਣਾ ਤੁਹਾਡਾ। 735 ਸਕਾਟ ਜੀ, ਇੰਟਰਨੈਸ਼ਨਲ, ਫਿਰ ਮਹਿੰਦਰਾ ਆ ਗਿਆ ਜੀ, ਹੁਣ ਮੈਸੀ 245 ਜੀ। ਅੱਛਾ, ਤੁਸੀਂ ਬਰਾੜ ਸਾਹਿਬ ਜਦੋਂ, ਕਿਉਂਕਿ ਤੁਸੀਂ ਤਾਂ ਲੀਡਰ ਬੰਦੇ ਹੋ ਨਾ, ਅਸੀਂ ਤਾਂ ਇਹ ਮੰਨ ਕੇ ਚੱਲਦੇ ਹਾਂ ਕਿ ਜਦੋਂ ਲੀਡਰ ਟਰੈਕਟਰ ਚਲਾਉਂਦੇ ਆ, ਮੰਨ ਲਓ ਜੇ ਕਿਤੇ ਆਮ ਜਿਹੜਾ ਕਿਸਾਨ ਆ ਨਾ ਉਹ ਟਰੈਕਟਰ ਚਲਾਉਂਦਾ ਅਤੇ ਉਹ ਕਦੇ ਥੱਲੇ ਉੱਤਰਦਾ, ਥੱਲੇ ਪਿੱਛੇ ਜਾ ਕੇ ਸਾਰਾ ਹਿਸਾਬ ਕਿਤਾਬ ਜਿਹਾ ਕਰਦਾ, ਕਦੇ ਟਿੱਲਰ ਪਾਉਣੇ, ਹੱਥਾਂ ਨੂੰ ਮਿੱਟੀ ਤਾਂ ਨਹੀਂ ਲੱਗਣ ਦਿੱਤੀ ਹੋਣੀ? ਮਿੱਟੀ ਦਾ ਪਰ ਲੱਗਣੀ, ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਬਰਾੜ ਸਾਹਿਬ। ਅੱਛਾ, ਸਟੀਅਰਿੰਗ ਤੋਂ ਬਿਨਾਂ ਦੂਜੀਆਂ ਚੀਜ਼ਾਂ ਨੂੰ ਵੀ ਹੱਥ ਲਾਉਣੇ? ਉੱਥੇ ਬਾਗ 'ਤੇ ਵੀ ਸਪਰੇ ਕਰਨੀ ਪੈਂਦੀ ਹੈ, ਸਾਰਾ ਕਰਨਾ ਪੈਂਦਾ ਹੈ। ਉੱਥੋਂ ਮਨ 'ਚ ਹੁੰਦਾ ਵੀ ਜਦੋਂ ਪੌਣੇ 500 ਕਿਲੋਮੀਟਰ ਜਾਣਾ ਹੈ, ਘਰ ਵੀ ਛੱਡਿਆ, ਹਾਂਜੀ, ਇਲਾਕਾ ਵੀ ਛੱਡਿਆ, ਅਤੇ ਵਿਹਲੇ ਬਹਿਣ ਨੂੰ ਕੰਮ ਕੀਤਾ ਹੀ ਚੰਗਾ।
ਅੱਛਾ, ਜਦੋਂ ਫਰੀਦਕੋਟ ਤੋਂ ਜਾਂਦੇ ਹੋ 450 ਕਿਲੋਮੀਟਰ ਬਣਦਾ? ਹਾਂਜੀ ਹਾਂਜੀ। ਕਿਆ ਬਾਤ ਹੈ, ਠੀਕ ਹੈ ਜੀ। ਚਲੋ, ਇਹਦਾ ਮਤਲਬ ਹੈ ਕਿ ਤੁਸੀਂ ਆਮ ਕਿਸਾਨ ਦੀ ਸਮੱਸਿਆ ਫਿਰ ਸਮਝਦੇ ਹੋ। ਬਿਲਕੁਲ ਜੀ, ਹੈ ਹੀ ਆਮ ਕਿਸਾਨ, ਹਜੇ ਵੀ ਆਮ ਕਿਸਾਨ। ਠੀਕ ਹੈ ਜੀ। ਅੱਛਾ, ਮੈਨੂੰ ਇਹ ਦੱਸਿਓ ਕਿ ਸਰਦਾਰ ਅਵਤਾਰ ਸਿੰਘ ਬਰਾੜ ਜਦੋਂ ਰਾਜਨੀਤੀ ਦੇ ਵਿੱਚ ਸਰਗਰਮ ਸੀਗੇ ਪੂਰੇ, ਤੁਸੀਂ ਉਹਨਾਂ ਦੇ ਨਾਲ ਬਹਿੰਦੇ ਉੱਠਦੇ ਜਾਂਦੇ ਰਹੇ ਲੋਕਾਂ 'ਚ? ਬਹੁਤ ਜੀ, ਬਹੁਤ ਕੰਮ ਕੀਤਾ ਉਹਨਾਂ ਨਾਲ ਵੀ। ਨਹੀਂ, ਤੁਹਾਡੇ ਪਿਤਾ ਜੀ ਦਾ ਕੰਮ ਕਰਨ ਦਾ ਤਰੀਕਾ ਕਿੱਦਾਂ ਦਾ ਸੀ? ਆਮ ਲੋਕਾਂ ਦੇ ਨਾਲੋਂ ਬਿੱਥ ਬਣਾ ਕੇ ਚੱਲਦੇ ਸੀ ਜਾਂ ਰਲ ਮਿਲ ਕੇ ਚੱਲਦੇ ਸੀ? ਕਿੰਨੇ ਵਜੇ ਉੱਠਦੇ ਸੀ? ਬਾਠ ਸਾਹਿਬ ਉਦੋਂ ਦੀ ਅਤੇ ਹੁਣ ਦਾ ਸਿਆਸਤ ਜ਼ਮੀਨ ਸਮਾਨ ਦਾ ਫਰਕ ਹੈ। ਅੱਛਾ, ਬਦਲ ਗਈ। ਉਹ ਬਦਲੋਂ, ਉਹ ਥੱਲਿਓਂ ਉੱਠੇ ਲੀਡਰ ਸੀ, ਥੱਲਿਓਂ। ਠੀਕ ਹੈ ਜੀ। ਗਰਾਊਂਡ ਲੈਵਲ ਤੋਂ ਸਾਈਕਲ ਤੱਕ ਵੀ ਕੰਮ ਕੀਤਾ ਸੀ। ਹਰ ਇੱਕ ਦਾ ਦੁੱਖ ਦਰਦ ਵੰਡਾਉਂਦੇ ਸੀ, ਉਹਨੂੰ ਹੱਲ ਕਰਨਾ ਵੀ ਜਾਣਦੇ ਸੀ। ਬਿਨਾਂ ਲੋਭ ਲਾਜ ਤੋਂ ਰਾਜਨੀਤੀ ਕੀਤੀ ਹੈ। ਅੱਜ ਵੀ ਗਿਆਨ ਭਲਾ 8-9 ਸਾਲ ਉਹਨਾਂ ਨੂੰ ਹੋ ਗਏ ਹੈ ਜੀ। ਸਾਡੇ ਪੂਰਾ ਏਰੀਆ, ਖਾਸ ਕਰਕੇ ਪੰਜਾਬ 'ਚ ਜਿਹੜੇ ਉਹਨਾਂ ਨੂੰ ਜਾਣਦੇ ਲੋਕ, ਅੱਜ ਯਾਦ ਕਰਦੇ ਆ। ਮਿਨਿਸਟਰ ਰਹੇ ਉਹ, MLA ਰਹੇ, ਜਦੋਂ ਉਹ ਜੇਤੂ ਨਹੀਂ ਹੁੰਦੇ ਸੀ ਅਤੇ ਜਦੋਂ ਮੰਤਰੀ ਬਣ ਗਏ, ਉਹਨਾਂ ਦੇ ਵਿਹਾਰ 'ਚ ਕੋਈ ਫਰਕ ਆ ਜਾਂਦਾ ਹੋਣਾ, ਕਿਉਂਕਿ ਸੱਤਾ ਚੜ੍ਹ ਜਾਂਦੀ ਹੁੰਦੀ ਹੈ ਬਰਾੜ ਸਾਹਿਬ ਸਿਰ ਨੂੰ ਕਈ ਵਾਰੀ? ਨਹੀਂ ਜੀ, ਨਹੀਂ। ਉਹ ਤਜਰਬਾ ਹੀ ਇੰਨਾ ਸੀ ਜੀ, ਗਿਆਨੀ ਜੈਲ ਸਿੰਘ ਜੀ ਨਾਲ ਲੰਮਾ ਸਮਾਂ ਕੰਮ ਕੀਤਾ ਸੀ, ਉਹਨਾਂ ਤੋਂ ਬਹੁਤ ਕੁਛ ਸਿੱਖਿਆ ਸੀ। 1977 'ਚ ਸਾਹ ਪ੍ਰਕਾਸ਼ ਸਿੰਘ ਦੇ ਬਾਦਲ ਜੀ ਦੇ ਖਿਲਾਫ਼ ਪਾਰਲੀਮੈਂਟ ਦੇ ਇਲੈਕਸ਼ਨ ਲੜੇ ਸੀ ਅਤੇ ਪੰਜਾਬ 'ਚੋਂ ਸਭ ਤੋਂ ਘੱਟ ਵੋਟਾਂ 'ਤੇ ਆ ਰਹੇ ਸੀ। ਅੱਛਾ, 1977 ਐਮਰਜੈਂਸੀ ਤੋਂ ਬਾਅਦ ਦੀ ਲੋਕ ਸਭਾ ਇਲੈਕਸ਼ਨ? ਹਾਂਜੀ, ਬਿਲਕੁਲ ਜੀ। ਤੁਹਾਡੇ ਪਿਤਾ ਜੀ ਸਰਦਾਰ ਅਵਤਾਰ ਸਿੰਘ ਬਰਾੜ ਉਹਨਾਂ ਨੇ ਮੁੱਖ ਮੰਤਰੀ 5 ਵਾਰ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਖਿਲਾਫ਼ ਲੜੇ ਅਤੇ ਸਭ ਤੋਂ ਘੱਟ ਵੋਟਾਂ ਹਾਰੇ? ਅੱਜ ਵੀ ਰਿਕਾਰਡ ਹੈ ਜੀ। ਕਿਆ ਬਾਤ, ਪੰਜਾਬ 'ਚੋਂ। ਤੁਸੀਂ ਉਦੋਂ ਕਿੱਡੇ ਕੁ ਸੀਗੇ? ਮੈਂ ਉਦੋਂ 5ਵੀਂ ਜਮਾਤ ਪਾਸ ਕੀਤੀ ਸੀ। ਤੁਹਾਨੂੰ ਚੇਤਾ ਮਾੜਾ ਮਾੜਾ? ਹਾਂ, ਮੈਂ ਇਹਨੂੰ ਆਉਂ ਸੀ, ਉਦੋਂ ਚੋਣ ਸ਼ਾਨ ਸੀ ਗੁਪਤਾ ਬੱਛਾ ਟਰਾਂਸ ਦਾ। ਅੱਛਾ ਜੀ। ਅਤੇ ਦਿਨੇ ਤਾਂ ਮੈਨੂੰ ਕੋਈ ਨਾਲ ਲੈ ਕੇ ਨਹੀਂ ਜਾਂਦਾ ਸੀ, ਰਾਤ ਨੂੰ ਜਦੋਂ ਜੀਪਾਂ ਵਗੈਰਾ ਆ ਕੇ ਘੜੀਆਂ ਵਾਲੇ ਖੜਦੀਆਂ ਸੀ ਜੀ, ਅਤੇ ਅਸੀਂ ਨਿੱਕੇ ਬੱਚੇ ਰਲ ਕੇ ਉਹ ਜੀਪਾਂ ਡਰਾਈਵਰ ਨੂੰ ਅੰਕਲ ਅੰਕਲ ਕਹਿ ਕੇ ਗੱਡੀ ਫਿਰਨੀ ਅਤੇ ਘੁਮਾਉਣੀ ਘੜੀਆਂ ਵਾਲੇ। ਅੱਛਾ, ਰਾਤ ਨੂੰ ਅਸੀਂ ਉਹ ਸਪੀਕਰ ਲਾ ਕੇ ਨਾਂ ਲਾਉਣੇ, ਚੋਣ ਛਾਣ ਗਊ ਬੱਛਾ, ਚੋਣ ਛਾਣ ਗਊ ਬੱਛਾ। ਠੀਕ ਹੈ ਜੀ। ਅਤੇ ਉਹਦੇ ਤੋਂ ਬਾਅਦ ਫਿਰ ਤੁਹਾਡੇ ਫਾਦਰ ਸਾਹਿਬ ਦਾ ਸਫ਼ਰ ਜਿਹੜਾ ਸਿਆਸਤ ਦਾ, 1977 ਤੋਂ ਬਾਅਦ ਕਿਵੇਂ ਰਿਹਾ? MLA ਕਦੋਂ ਬਣੇ? ਅਸਲ 80 'ਚ ਵੀ ਟੈਕਟ ਕੋਡ ਫਲੋ ਅਨਾਊਂਸ ਹੋ ਗਈ ਸੀ। ਠੀਕ ਹੈ ਜੀ। ਹਾਲਾਤ ਇਹੋ ਜਿਹੇ ਬਣੇ, ਇੱਕ ਦਿਨ ਹੀ ਪਹਿਲਾਂ ਉਹਨਾਂ ਨੂੰ ਬਾਗੇ ਪੁਰਾਣੇ ਭੇਜਤਾ। ਠੀਕ ਹੈ ਜੀ, ਹਲਕਾ ਬਦਲਤਾ। ਠੀਕ ਹੈ ਜੀ। ਅਤੇ ਉਦੋਂ ਮੈਂ 8ਵੀਂ ਕਲਾਸ ਪਾਸ ਕੀਤੀ ਸੀ। ਠੀਕ ਹੈ ਜੀ। ਅਤੇ ਜਦੋਂ ਉੱਥੇ ਜਾ ਕੇ ਵੀ 123 ਵੋਟਾਂ 'ਤੇ ਹਾਰੇ, ਸਿਰਫ 123 ਵੋਟਾਂ 'ਤੇ, ਔਰ ਇਲੈਕਸ਼ਨ ਪਟੀਸ਼ਨ ਜਿੱਤੀ। ਅੱਛਾ ਜੀ। ਅਤੇ ਉਹ ਇਲੈਕਸ਼ਨ ਪਟੀਸ਼ਨ ਜਿੱਤਣ ਸਾਰ ਹੀ ਸਰਦਾਰ ਦਰਬਾਰਾ ਸਿੰਘ ਦੀ ਸਰਕਾਰ ਟੁੱਟ ਗਈ, ਗਵਰਨਿੰਗ ਰਾਜ ਲੱਗ ਗਿਆ ਅਤੇ ਚੋਣ ਹੋ ਨਹੀਂ ਸਕੀ। ਇਲੈਕਸ਼ਨ ਪਟੀਸ਼ਨ ਦਾ ਮਤਲਬ ਕੀ? ਵੀ ਦੁਬਾਰਾ ਵੋਟਾਂ ਪੈਣ? ਦੁਬਾਰਾ ਵੋਟਾਂ ਹੀ, ਰੀਕਾਊਂਟਿੰਗ ਦੀ ਸੀ। ਰੀਕਾਊਂਟਿੰਗ ਦੀ ਸੀ। ਠੀਕ ਹੈ ਜੀ। ਹਾਂਜੀ। ਅਤੇ ਜਦੋਂ ਸਰਕਾਰ ਟੁੱਟ ਗਈ? ਟੁੱਟ ਗਈ ਜੀ। ਠੀਕ ਹੈ ਜੀ। ਉਹਦੇ ਤੋਂ ਬਾਅਦ ਫਿਰ ਸਫ਼ਰ ਕਿੱਦਾਂ ਦਾ ਰਿਹਾ? ਉਸ ਤੋਂ ਬਾਅਦ ਚੱਲੀ ਗਿਆ ਜੀ। 92 'ਚ ਵੀ ਉਹ ਕੋਟਲੇ ਤੋਂ ਟੈਕਟ ਮੰਗਦੇ ਸੀ ਜੀ, ਪਰ ਪਾਰਟੀ ਦਾ ਹੁਕਮ ਮੰਨਿਆ, ਫਰੀਦਕੋਟ ਆਏ। ਫਰੀਦਕੋਟ ਫਿਰ ਉਹਨਾਂ ਦੀ ਕਰਮ ਭੂਮੀ ਬਣ ਗਈ, ਮੁੜ ਕੇ ਫਰੀਦਕੋਟ ਹੀ ਆਏ। ਹਾਂ, ਫਰੀਦਕੋਟ ਫਿਰ ਰੈਸ਼ ਵੀ ਸ਼ਿਫਟ ਕਰ ਲਈ 92 'ਚ ਅਸੀਂ ਇੱਥੇ। ਠੀਕ ਹੈ ਜੀ। ਅਤੇ 92 ਤੋਂ ਬਾਅਦ ਤਾਂ ਫਿਰ ਜੋ 97 'ਚ ਜਿੱਤੇ, ਜਦੋਂ ਪੰਜਾਬ 'ਚ ਕੇਵਲ 14 ਜਿੱਤੇ ਸੀ ਜੀ, ਪਹਿਲੇ ਸਿੱਖਿਆ ਮੰਤਰੀ ਜਿੱਤੇ ਜੀ, 90 ਦਿਨ ਸਿੱਖਿਆ ਮੰਤਰੀ ਰਹੇ ਬਾਠ ਸਾਹਿਬ, 22,000 ਦੇ ਨੇੜੇ ਟੀਚਰ ਲਾਇਆ, 19,000 ਬਦਲੀ। ਮੈਂ ਇੱਥੇ ਹੀ ਆਉਣਾ। ਮੈਂ ਇੱਕ ਵਾਰ ਫਿਰ ਪ੍ਰਾਈਮੇਸ਼ਾ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਦੱਸਦੇ ਹਾਂ ਕਿ ਸਾਡੇ ਨਾਲ ਸਰਦਾਰ ਨਵਦੀਪ ਸਿੰਘ ਬੱਬੂ ਬਰਾੜ ਹੋਰੀ ਨੇ ਇਸ ਵੇਲੇ ਫਰੀਦਕੋਟ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਸਰਦਾਰ ਅਵਤਾਰ ਸਿੰਘ ਬਰਾੜ ਹੋਰਾਂ ਦੇ ਬੇਟੇ ਨੇ। ਰਾਜਨੀਤੀ ਦੇ ਵਿੱਚ ਇਹਨਾਂ ਦੀਆਂ 3 ਪੀੜ੍ਹੀਆਂ ਹੋ ਗਈਆਂ। ਇਸ ਵੇਲੇ ਫਰੀਦਕੋਟ ਲੋਕ ਸਭਾ ਹਲਕੇ ਦੀਆਂ ਸਿਆਸੀ ਸਰਗਰਮੀਆਂ ਕਿੱਥੇ ਖੜੋਤੀਆਂ, ਆਪਾਂ ਉੱਧਰ ਵੀ ਜਾਣਾ। ਪਰ ਜਦੋਂ ਹੁਣ ਇਹਨਾਂ ਨਾਮ ਲਿਆ ਕਿ ਸਿੱਖਿਆ ਮੰਤਰੀ ਰਹੇ ਇਹਨਾਂ ਦੇ ਫਾਦਰ ਸਾਹਿਬ, ਬਰਾੜ ਸਾਹਿਬ ਐਂ ਲੱਗਦਾ ਹੁੰਦਾ ਕਿ ਜੇ ਸਿੱਖਿਆ ਚੰਗੀ ਮਿਲ ਜਾਏ ਨਾ, ਬਿਲਕੁਲ
ਫਿਰ ਸੂਬਾ ਪੈਰਾਂ 'ਤੇ ਖੜ ਗਿਆ, ਭਾਵੇਂ ਸੜਕਾਂ ਥੋੜ੍ਹੀਆਂ ਲੇਟ ਬਣ ਜਾਣ। ਤੁਹਾਡੇ ਫਾਦਰ ਸਾਹਿਬ 90 ਦਿਨ ਦੱਸਿਆ ਤੁਸੀਂ? ਸਿਰਫ 90 ਦਿਨ। ਤਾਂ 90 ਦਿਨਾਂ ਦੇ ਵਿੱਚ ਇਮਾਨਦਾਰੀ ਨਾਲ ਦੱਸਿਓ, ਜਾਣੀ ਇਹ ਨਾ ਦੱਸਿਓ ਕਿ ਤੁਹਾਡੇ ਫਾਦਰ ਸਾਹਿਬ ਮੰਤਰੀ ਸੀ, ਕਿ ਐਜ਼ ਏ ਐਜੂਕੇਸ਼ਨ ਮਿਨਿਸਟਰ ਕੀ ਕੁਝ ਉਹ ਕਰ ਸਕੇ ਲੋਕਾਂ ਦਾ। 22,000 ਟੀਚਰ ਭਰਤੀ ਹੋਏ ਜੀ, ਔਨ ਰਿਕਾਰਡ ਹੈ। ਕੋਈ ਹਾਈਕੋਰਟ 'ਚ ਕੇਸ ਨਹੀਂ ਗਿਆ, ਕੋਈ ਕਿੰਤੂ ਪਰੰਤੂ ਨਹੀਂ ਹੋਇਆ। 17,000 ਦੇ ਨੇੜੇ ਬਦਲੀ ਕੀਤੀ, ਸਕੂਲ ਅਪਗ੍ਰੇਡ ਕੀਤੇ, ਅਤੇ ਕੋਈ ਕਿੰਤੂ ਪਰੰਤੂ ਨਹੀਂ। ਅਤੇ ਪਹਿਲੇ ਸਿੱਖਿਆ ਮੰਤਰੀ ਸੀ ਜਿਹੜੇ ਜਿੱਤੇ ਨਹੀਂ, ਆਮ ਤੌਰ 'ਤੇ ਸਿੱਖਿਆ ਮੰਤਰੀ ਜਿੱਤਦਾ। ਅੱਛਾ, ਉਹ ਸਿੱਖਿਆ ਮੰਤਰੀ ਹੋਣ ਦੇ ਬਾਵਜੂਦ ਜਿੱਤ ਗਿਆ ਸੀ? ਜਿੱਤ ਗਈ ਸੀ। ਇਹ ਤਾਂ ਮੰਨਿਆ ਜਾਂਦਾ ਕਿ ਜਿਹੜਾ ਸਿੱਖਿਆ ਮੰਤਰੀ ਬਣ ਗਿਆ ਉਹ ਹਰ ਗਿਆ। ਤੁਹਾਨੂੰ ਮੈਂ ਬਾਟ ਸਾਹਿਬ ਹੋਰ ਗੱਲ ਸੁਣਾ ਦਿੰਦਾ ਜੀ। ਜਦੋਂ ਸਾਹਿਬ ਬਿਆਨ ਸਿੰਘ ਦੇ ਜਾਣ ਤੋਂ ਬਾਅਦ ਜੀ ਸਾਰ ਚੰਦ ਸਿੰਘ ਬਰਾੜ ਮੁੱਖ ਮੰਤਰੀ ਬਣੇ ਜੀ, ਉਹਨਾਂ ਨੇ ਇਹਨਾਂ ਨੂੰ, ਉਹਨਾਂ ਦੀ ਕੋਈ ਮਜਬੂਰੀ ਹੋਣੀ ਹੈ, ਮੰਤਰੀ ਨਹੀਂ ਬਣਾਇਆ। ਅੱਛਾ, ਪਹਿਲਾਂ ਮੰਤਰੀ ਸੀ ਫਿਰ ਮੰਤਰੀ ਨਹੀਂ ਬਣਾਇਆ? ਠੀਕ ਹੈ ਜੀ। ਬਾਅਦ 'ਚ ਪਾਰਲੀਮੈਂਟ ਇਲੈਕਸ਼ਨ ਆਏ, ਮਿਹਨਤ ਕੀਤੀ, ਚਲੋ ਉਹਨਾਂ ਨੇ ਸਿੱਖਿਆ ਮੰਤਰੀ ਬਣਾਤਾ, ਫਿਰ ਦੁਬਾਰਾ ਮੰਤਰੀ ਮੰਡਲ 'ਚ ਸਿੱਖਿਆ ਮੰਤਰੀ ਕੈਬਨਿਟ ਮੰਤਰੀ ਬਣਾਤਾ ਜੀ। ਅਤੇ ਜਦੋਂ ਵਿਭਾਗ ਮਿਲਿਆ ਤਾਂ ਸਾਰ ਚੰਦ ਸਿੰਘ ਬਰਾੜ ਕੋਲ ਚਲੇ ਗਏ, ਉਹਨਾਂ ਨੂੰ ਕਹਿੰਦੇ ਵੀ ਬਰਾੜ ਸਾਹਿਬ ਮੈਂ ਤਾਂ ਉਹ ਨਹੀਂ ਜਿੱਦਾਂ ਸੀਗਾ, ਫਰੀਦਕੋਟ ਹਲਕਾ ਇਹੋ ਜਿਹਾ, ਅਤੇ ਇਹ ਮੈਂ ਟੀਚਰ, ਮੈਂ ਕਿਹਾ ਜਾਣਦਾ, ਮੈਂ ਖੁਦ ਟੀਚਰ ਹੁੰਦਿਆਂ 2 ਵਾਰ ਜੇਲ੍ਹ ਕੱਟੀ ਹੈ। ਅੱਛਾ, ਅਧਿਆਪਕ ਸੀਗੇ? ਪੰਜਾਬ ਦੇ ਪ੍ਰਧਾਨ ਰਹੇ ਟੀਚਰ ਯੂਨੀਅਨ ਦੇ। ਅੱਛਾ ਜੀ, ਹਾਂਜੀ। ਅਤੇ ਮੈਂ ਨਹੀਂ ਜਿੱਦਾਂ ਸੀਗਾ, ਤੁਸੀਂ ਮੈਂ ਕਿਹਾ ਮੈਨੂੰ ਮਰਜ਼ੀ ਦੇ ਦਿਓ ਜੀ। ਉਹ ਕਹਿੰਦੇ, ਉਹ ਅਵਤਾਰ ਸਿੰਘ ਕਹਿੰਦੇ ਬਰਾੜ ਸਾਹਿਬ ਨੂੰ, ਕਹਿੰਦੇ ਅਵਤਾਰ ਸਿੰਘ ਤੂੰ ਜਿੱਤੇਗਾ, ਤੂੰ ਕੰਮ ਕਰ। ਕੰਮ ਕੀਤਾ, ਕੁਦਰਤੀ ਉਸ ਤੋਂ ਬਾਅਦ ਉਹ ਸੀਐਮ ਨਹੀਂ ਰਹੇ, ਬੀਬੀ ਪਟਲ ਜੀ, ਅਤੇ ਉਹਦੇ 'ਚ ਫਿਰ ਉਹਨਾਂ ਨੇ ਮੇਰੇ ਫਾਦਰ ਨੂੰ ਖੇਡ ਮੰਤਰੀ। ਅੱਛਾ, ਦੋਨੇ ਲੋਕ ਸਭਾਵਾਂ 'ਤੇ ਖੇਡ ਮੰਤਰੀ ਚੰਗੇ ਮਹਿਕਮੇ ਨੌਜਵਾਨ ਨਾਲ? ਹਾਂਜੀ, ਬਸ ਉਹਦੇ 'ਤੇ। ਠੀਕ ਹੈ ਜੀ। ਅੱਛਾ, ਇਹਦੇ ਤੋਂ ਮੈਨੂੰ ਇੱਕ ਚੀਜ਼ ਹੋਰ ਦੱਸਿਓ ਕਿ ਇਹ ਜਾਣੀ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਕੀ ਸੀ, ਅਤੇ ਤੁਸੀਂ ਆਪਣੇ ਕੰਮ ਕਰਨ ਦੇ ਤਰੀਕੇ 'ਚ ਕੋਈ ਫਰਕ ਲਿਆਂਦਾ ਕਿ ਐਜੂਕੇਸ਼ਨ ਮਿਨਿਸਟਰ ਰਹਿੰਦੇ ਆ ਜਿਤਨਾ ਸੱਚੀ ਔਖਾ ਹੁੰਦਾ, ਕਿਉਂਕਿ ਸਭ ਤੋਂ ਵੱਧ ਅਧਿਆਪਕ ਆ ਕੇ ਮੁਜ਼ਾਹਰੇ ਕਰਦੇ ਹੁੰਦੇ ਆ, ਉਹ ਇਕੱਲੇ ਇਕੱਲੇ ਪਿੰਡ ਫਿਰ ਜਾਂਦੇ ਹੁੰਦੇ ਆਣ ਕੇ, ਤਾਂ ਫਿਰ ਬੰਦੇ ਦੀ ਬੇੜੀ ਜਿਹੜੀ ਸਿਆਸੀ ਤੌਰ 'ਤੇ ਡੁੱਬ ਜਾਂਦੀ ਆ। ਤੁਹਾਡੇ ਫਾਦਰ ਸਾਹਿਬ ਦੇ ਕੰਮ ਕਰਨ ਦਾ ਤਰੀਕਾ ਅਤੇ ਤੁਹਾਡੇ ਕੰਮ ਕਰਨ ਦਾ ਤਰੀਕਾ ਅੱਡ ਸੀ? ਨਹੀਂ, ਅਸਲ ਪਹਿਲਾਂ ਪਤਾ ਕੀ ਹੈ ਜੀ, ਮੇਰਾ ਆਪਦਾ ਰਾਜਨੀਤੀ 'ਚ ਕੋਈ ਇੰਟਰਸਟ ਨਹੀਂ ਸੀ। ਅੱਛਾ, ਇੰਟਰਸਟ ਹੈ ਨਹੀਂ ਸੀ? ਹੌਲੀ ਹੌਲੀ ਹਾਲਾਤ ਬਣੇ ਜੀ, ਕਈ ਕਾਰਨ ਹੋਏ ਜਿਹੜੇ ਇੱਥੇ ਨਹੀਂ ਕਹੇ ਜਾ ਸਕਦੇ ਜੀ। ਮੈਨੂੰ ਉਹਨਾਂ ਦਾ ਕੁਛ ਭਾਰ ਨਹੀਂ, ਜਾਣੀ ਵੀ ਸਿੱਖਣ ਦਾ ਮੌਕਾ ਮਿਲਿਆ ਜੀ। 28-29 ਸਾਲ ਮੈਂ ਉਹਨਾਂ ਨਾਲ ਕੰਮ ਕੀਤਾ ਐਜ ਵਰਕਰ ਦੇ ਤੌਰ 'ਤੇ ਜੀ, ਕਾਫੀ ਸਿੱਖਿਆ। ਪਰ ਮੈਨੂੰ ਕਹਿਣ 'ਚ ਗਰੀਬ ਨਹੀਂ ਆ, ਉਹਨਾਂ ਕੁਛ ਮੈਂ ਸਿੱਖ ਵੀ ਨਹੀਂ ਸਕਿਆ, ਪਰ ਮੈਂ ਅੱਜ ਮੈਨੂੰ ਇਹ ਮਾਣ ਆ ਵੀ ਉਹਨਾਂ ਦੀ ਮੈਂ ਪਾਗਾ ਚਿੱਠੀ ਬੰਨੀ, ਇਹਨੂੰ ਦਾਗ ਨਹੀਂ ਮੈਂ ਲੱਗਣ ਦਿੰਦਾ ਕਿਸੇ ਤੋਂ। ਤੁਸੀਂ ਪੁੱਛ, ਤੁਹਾਡੇ ਸੋਰਸ ਹੈ, ਮੈਂ ਲੱਗਿਆ। ਮੈਂ 2 ਸਾਲ ਦੇ ਕਰੀਬ ਮੈਨੂੰ ਜ਼ਿਲ੍ਹਾ ਪ੍ਰਧਾਨ ਬਣਨ ਨੂੰ ਹੋਇਆ, ਸਾਰਿਆਂ ਨੂੰ ਕੋਸ਼ਿਸ਼ ਕੀਤੀ ਹੈ ਜ਼ਿਲ੍ਹੇ 'ਚੋਂ ਨਾਲ ਲੈ ਕੇ ਚੱਲਾਂ, ਜਿਹੜੇ ਰੁੱਸੇ ਸਾਡੇ ਪਰਿਵਾਰ ਵੀ ਉਹਨਾਂ ਨੂੰ ਨਾਲ ਲੈ ਕੇ ਚੱਲਾਂ, ਮਿਹਨਤ ਕਰ ਰਿਹਾ ਜੀ। ਜ਼ਿਲ੍ਹਾ ਪ੍ਰਧਾਨ ਹੋ ਤੁਸੀਂ, 10-20 ਬੰਦੇ ਅੱਗੇ, 10-20 ਬੰਦੇ ਪਿੱਛੇ, 2-4 ਗੱਡੀਆਂ ਅੱਗੇ, 2-4 ਪਿੱਛੇ, ਇੱਦਾਂ ਤੁਰਦੇ ਹੋ ਜਦੋਂ ਸਵੇਰ ਨੂੰ ਤੁਰਦੇ ਹੋ ਕਿਸੇ ਸਮਾਗਮ 'ਚ ਜਾਣ ਲਈ? ਬਿਲਕੁਲ ਨਹੀਂ ਜੀ, ਇਕੱਲਾ ਜਾਣਾ ਹੈ। ਨਾ ਤਾਂ ਮੈਨੂੰ ਫਰੀਦਕੋਟ ਜ਼ਿਲ੍ਹੇ 'ਚ ਕਿਸੇ ਦਾ ਘਰ ਪੁੱਛਣ ਦੀ ਲੋੜ ਹੈ, ਅਤੇ ਨਾ ਰਸਤਾ ਪੁੱਛਣ ਦੀ ਲੋੜ ਹੈ। ਇੱਕ ਡਰਾਈਵਰ ਹੁੰਦਾ ਅਤੇ ਇਕੱਲਾ ਹੁੰਦਾ, ਅਤੇ ਬਾਹਰ ਮੇਰੀ ਗੱਡੀ ਖੜੀ ਹੋਈ, ਲੋਕ ਠੀਕ ਹੈ ਜੀ। ਨਹੀਂ, ਮੈਂ ਦੇਖ ਕੇ ਆਇਆ, ਸਾਦੀ ਜ਼ਿੰਦਗੀ ਮੇਰੇ ਬਾਪ ਨੇ ਜਿਉਣੀ ਹੈ, ਸਾਦੀ ਜ਼ਿੰਦਗੀ ਜਿਉਣਾ ਹੈ। ਘਰ ਦੇ ਵਿੱਚ ਕਿੰਨੇ ਕੁ ਨੌਕਰ ਚਾਕਰ ਰੱਖੇ ਹੋ ਜੀ? ਹੱਥ ਤਾਂ ਹਿਲਾਉਣ ਦੀ ਲੋੜ ਹੀ ਨਹੀਂ ਪੈਂਦੀ ਹੁੰਦੀ ਲੀਡਰਾਂ ਨੂੰ? ਨੌਕਰ ਤਾਂ ਕੋਈ ਨੌਕਰ ਨਹੀਂ, ਫਾਦਰ ਸਾਹਿਬ ਕੋਲ ਇੱਕ ਹੁੰਦਾ ਸੀ ਲੜਕਾ, ਠੀਕ ਹੈ ਜੀ, ਉਹੀ ਉਹ ਨੌਕਰ ਸੀ ਉਹਨਾਂ ਦਾ, ਅਤੇ ਉਹੀ ਡਰਾਈਵਰ ਸੀ, ਠੀਕ ਹੈ ਜੀ, ਅਤੇ ਉਹੀ ਉਹਨਾਂ ਦਾ PA ਸੀ। ਅੱਛਾ, ਸਭ ਕੁਛ ਉਹੀ ਸੀਗੇ? ਪ੍ਰਦੀਪ ਉਹਦਾ ਨਾਂ ਸੀ, ਬਾਅਦ 'ਚੋਂ PRTC 'ਚ ਉਹਨਾਂ ਨੇ ਭਰਤੀ ਕਰਾਤਾ ਸੀ। PRTC ਭਰਤੀ ਕਰਾਤਾ ਸੀ। ਅੱਛਾ, ਮੈਨੂੰ ਹੁਣ ਦੱਸਿਓ ਬਰਾੜ ਸਾਹਿਬ ਕਿ ਫਰੀਦਕੋਟ ਲੋਕ ਸਭਾ ਹਲਕੇ ਦੇ ਹਾਲਾਤ ਕੀ ਨੇ, ਕਿਉਂਕਿ ਕਾਂਗਰਸ ਪਾਰਟੀ ਨੇ ਟਿਕਟ ਬਹੁਤ ਲੇਟ ਅਨਾਊਂਸ ਕੀਤੀ ਹੈ, ਕਈ ਹੋਰ ਉਮੀਦਵਾਰਾਂ ਦੀ ਟਿਕਟ ਕਈ ਪਾਰਟੀਆਂ ਦੀ ਪਹਿਲਾਂ ਅਨਾਊਂਸ ਹੋ ਗਈ ਸੀ, ਵੈਸੇ ਵੀ ਐਤਕੀ ਸਾਰਿਆਂ ਦੀ ਨਜ਼ਰਾਂ ਟਿਕੀਆਂ। ਆਮ ਆਦਮੀ ਪਾਰਟੀ ਨੇ ਕਰਮਜੀਤ ਅਨਮੋਲ ਹੋਰਾਂ ਨੂੰ ਟਿਕਟ ਦੇ ਦਿੱਤੀ, ਹੰਸਰਾਜ ਹੰਸੂਰੀ ਭਾਰਤੀ ਜਨਤਾ ਪਾਰਟੀ ਵੱਲੋਂ ਆ ਗਏ,
ਹੁਣ ਬੀਬੀ ਸਾਹੋ ਕੇ ਹੋਰੀ ਉਹਨਾਂ ਦੀ ਮੁਹਿੰਮ ਕਿੱਥੇ ਕੁ ਪਹੁੰਚੀ ਹੈ ਜਦੋਂ ਲੋਕਾਂ 'ਚ ਜਾਣੇ ਹੋ ਤਾਂ ਰੁਝਾਨ ਕਿੱਦਾਂ ਦਾ? ਸਾਡੀ ਮੁਹਿੰਮ ਨਾ ਬਿਲਕੁਲ ਤੁਹਾਡੀ ਗੱਲ ਠੀਕ ਹੈ, ਲੇਟ ਸ਼ੁਰੂ ਹੋਈ ਜੀ, ਪਰ ਸਾਡੀ ਮੁਹਿੰਮ ਦਿਨ ਨੂੰ ਦਿਨ ਚੜ੍ਹ ਰਹੀ ਹੈ ਜੀ। ਉਹਦਾ ਇੱਕ ਤਾਂ ਖਾਸ ਕਰਕੇ ਪੰਜਾਬ ਦੇ ਲੋਕ ਹਰ ਵਰਗ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਜੋ ਦਿੱਲੀ ਦੇ ਬਾਰਡਰਾਂ 'ਤੇ ਹੋਇਆ, ਜੋ ਹਰਿਆਣੇ 'ਚ ਹੋ ਰਿਹਾ, ਉਹਦੇ ਕਰਕੇ ਲੋਕ ਮੋਦੀ ਨੂੰ ਉਦੋਂ ਦਿੱਲੀ ਦੇ ਤਾਕਤੋਂ ਪਾਸੇ ਕਰਨਾ ਚਾਹੁੰਦੇ ਹੈ। ਠੀਕ ਹੈ, ਅਤੇ ਲੋਕਾਂ ਨੂੰ ਇਹ ਪਤਾ ਹੈ ਪੰਜਾਬ ਦੇ ਲੋਕ ਸੂਝਵਾਨ ਨੇ, ਉਹ ਕੇਵਲ ਅਤੇ ਕੇਵਲ ਕਾਂਗਰਸ ਹੀ ਕਰ ਸਕਦੀ ਹੈ, ਇਸ ਕਰਕੇ ਉਹਦਾ ਵੀ ਸਾਨੂੰ ਫਾਇਦਾ ਹੋ ਰਿਹਾ। ਪਿੱਛੇ ਜਿਹੜਾ ਬਦਲਾਅ ਸੀ, ਬਦਲਾਅ ਜਿੱਧਰ ਨੂੰ ਬਦਲਿਆ, ਹੁਣ ਮੈਂ ਸਮਝਦਾ ਵੀ ਉਹ ਬਦਲਾਅ ਨਾ ਹੁਣ ਮੋਦੀ ਨੂੰ ਬਦਲਣ ਪਿੱਛੇ ਜਾਊਗਾ। ਠੀਕ ਹੈ, ਅੱਛਾ ਇੱਕ ਮੈਨੂੰ ਬਰਾੜ ਸਾਹਿਬ ਹੋਰ ਚੀਜ਼ ਦੱਸਿਓ, ਕਦੇ ਲੋਕ ਗੁੱਸੇ ਹੋ ਕੇ ਵੀ ਆ ਜਾਂਦੇ ਆ, ਕਦੇ ਕੋਈ ਸਵਾਲ ਵੀ ਪੁੱਛ ਲੈਂਦੇ ਆ, ਕਿਉਂਕਿ ਲੋਕ ਤੰਗ ਨੇ ਨਾ। ਬਿਲਕੁਲ, ਗਰਮੀ ਵੀ ਬੜੀ ਹੈ, ਆਰਥਿਕ ਤੌਰ ਦੇ ਉੱਤੇ ਵੀ ਤੰਗੀਆਂ 20 ਤਰ੍ਹਾਂ ਦੀਆਂ, ਉਦੋਂ ਫਿਰ ਉਹਨਾਂ ਦੇ ਗਲ ਪੈ ਜਾਂਦੇ ਹੁੰਦੇ ਪ੍ਰਧਾਨ ਸਾਹਿਬ ਨੂੰ ਕੋਈ ਗੱਲ ਕਰ ਲੈ? ਨਹੀਂ, ਇਹਦਾ ਕਿ ਇਲੈਕਸ਼ਨ ਵੱਖਰਾ ਹੈ ਪਾਠ ਸਾਹਿਬ। ਠੀਕ ਹੈ ਜੀ, ਲੋਕ ਸਾਨੂੰ ਸਵਾਲ ਬਹੁਤ ਘੱਟ ਕਰਦੇ, ਸਾਡਾ ਕਿਤੇ ਘਰਾਓ ਨਹੀਂ ਹੋਇਆ, ਜਿਹੜਾ ਦੂਜੀ ਪਾਰਟੀਆਂ ਤੁਸੀਂ ਦੇਖੀ ਜਾਂਦੇ ਹੋ। ਅੱਛਾ, ਕਿਤੇ ਘਰਾਓ ਨਹੀਂ ਹੋਇਆ ਅੱਜ ਤੱਕ? ਨਾ ਨਾ, ਬੜੇ ਆਰਾਮ ਨਾਲ ਜਾਂਦੇ ਹੋ, ਬੜੇ ਆਰਾਮ ਨਾਲ ਮੁੜੇ ਹੋ। ਕੋਈ ਗੱਲ ਨਹੀਂ, ਇਕੱਲੇ ਹੁਣ ਚੱਲੇ 4 ਪਿੰਡਾਂ 'ਚ ਜਾਣਾ ਜੀ ਹੁਣ। ਅੱਛਾ ਜੀ, ਨਾਲ ਅੰਕਲ ਸੰਧੂ ਸਾਹਿਬ ਹੋਣਗੇ। ਠੀਕ ਹੈ ਜੀ, ਸਾਹਿਬ ਕਿਰਪਾਲ ਸਿੰਘ ਜੀ ਸੰਧੂ ਅਤੇ ਦੋਨੇ ਜਾਵਾਂਗੇ, ਚਾਚਾ ਭਤੀਜਾ। ਠੀਕ ਹੈ ਜੀ, ਸ਼ਾਮ ਨੂੰ ਦੋਨੇ ਆਵਾਂਗੇ ਵਾਪਸ। ਅੱਛਾ, ਕੋਈ ਘਰਾਓ ਨਹੀਂ, ਕੋਈ ਕਿਸੇ ਤਰ੍ਹਾਂ ਦੀ ਵਿਰੋਧ ਕੋਈ ਨਹੀਂ ਅੱਜ ਤੱਕ? ਨਹੀਂ, ਹੁਣ ਤੁਸੀਂ ਨਾ ਕਿਤੇ ਕਹਿੰਦੇ। ਨਹੀਂ ਨਹੀਂ, ਅਸੀਂ ਮੈਸੇਜ ਨਹੀਂ ਕਰਾਉਂਦੇ, ਅਸੀਂ ਨਹੀਂ ਕਰਾਉਂਦੇ। ਅਸੀਂ ਇਹ ਜ਼ਰੂਰ ਕਹਿੰਦੇ ਕਿ ਜੇ ਹਾਂ ਜੇ ਕਿਸੇ ਕੋਲ ਸਵਾਲ ਹੈਗਾ ਤਾਂ ਪੁੱਛ ਲੈ, ਪਰ ਅੱਜ ਨਹੀਂ ਜਵਾਬ ਬੰਦਾ ਕੱਲ੍ਹ ਨੂੰ ਦੇ ਦੂਗਾ। ਉਹ ਤਾਂ ਹੈ ਹੀ। ਹਾਂਜੀ, ਜੇ ਕੋਈ ਇਹੋ ਜਿਹਾ ਕੰਮ ਕਰਾਂਗੇ ਜ਼ਰੂਰ ਸਵਾਲ ਹੋਣਗੇ। ਅੱਛਾ, ਇੱਦਾਂ ਤਾਂ ਨਹੀਂ ਲੱਗਦਾ ਬਰਾੜ ਸਾਹਿਬ ਕਿ ਜਦੋਂ ਕਲਾਕਾਰ ਜਿਨ੍ਹਾਂ ਨੂੰ ਸਾਰੀ ਦੁਨੀਆ ਜਾਣਦੀ ਹੁੰਦੀ ਹੈ ਜਦੋਂ ਉਹ ਮੁਕਾਬਲੇ 'ਚ ਆ ਜਾਂਦੇ ਤਾਂ ਮੁਕਾਬਲਾ ਕਰਨਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ? ਨਹੀਂ ਜੀ, ਪਹਿਲਾਂ ਕੁਛ ਗੱਲਾਂ ਹੋਰ ਸੀ, ਲੋਕ ਬਹੁਤ ਸੂਝਵਾਨ ਹੈ। ਠੀਕ ਹੈ ਜੀ, ਅਤੇ ਮੇਰੇ ਹਿਸਾਬ ਨਾਲ ਹਿਸਾਬ ਨਾਲ ਹੀ ਨਹੀਂ ਗੱਲ ਪੱਕੀ ਹੈ ਵੀ ਫਰੀਦਕੋਟ ਸੀਟ ਕਾਂਗਰਸ ਜਿੱਤੇਗੀ। ਠੀਕ ਹੈ, ਓਵਰਆਲ ਵੀ ਪੰਜਾਬ ਦਾ ਰਿਜ਼ਲਟ ਵਧੀਆ ਰਹੇਗਾ। ਵਧੀਆ ਰਹੂਗਾ, ਵਧੀਆ ਕਾਂਗਰਸ ਦੇ ਪੱਖ, ਕਾਂਗਰਸ ਪੱਖ। ਅੱਛਾ ਬਰਾੜ ਸਾਹਿਬ, ਇੱਕ ਚੀਜ਼ ਮੈਨੂੰ ਹੋਰ ਦੱਸਿਓ, ਫਰੀਦਕੋਟ ਦੇ ਵਿੱਚ ਮੋਟੀਆਂ ਮੋਟੀਆਂ ਜੇ 2-3-4 ਸਮੱਸਿਆਵਾਂ ਗਿਣੀਆਂ ਹੋਣ, ਜਿਹੜੇ ਕੰਮ ਜਿਹੜੇ ਹੋਣ ਵਾਲੇ ਨੇ, ਕੋ ਮਿਲ ਦੀ ਲਾ ਲਓ, ਕੋ ਖੇਤੀਬਾੜੀ ਦੀ ਲਾ ਲਓ, ਕੋ ਉਦਯੋਗਾਂ ਦੀ ਲਾ ਲਓ, ਜੇ ਆਪਾਂ ਉਂਗਲਾਂ 'ਤੇ ਗਿਣੀਆਂ ਹੋਣ ਤਾਂ ਤੁਹਾਨੂੰ ਕੀ ਲੱਗਦਾ ਕਿਹੜੀਆਂ? ਸਭ ਤੋਂ ਵੱਡੀ ਸਮੱਸਿਆ ਇੱਕ ਤਾਂ ਸਾਡੇ ਸ਼ੂਗਰ ਮਿਲ ਦੀ ਬਹੁਤ ਵੱਡੀ ਸਮੱਸਿਆ। ਠੀਕ ਹੈ ਜੀ, ਅਸੀਂ ਵੀ ਪਹਿਲਾਂ ਉਦੋਂ ਇਰਫਾਨ ਸਾਹਿਬ ਨੇ ਜਦੋਂ ਪੱਟੀ ਦੀ ਉਦੋਂ ਜ਼ੋਰ ਲਾਇਆ ਜੀ, ਸਾਡੇ ਮਾਣਯੋਗ MLA ਸਾਹਿਬ ਵੀ ਸੇਖੋ ਸਾਹਿਬ ਨੇ ਉਦੋਂ ਧਰਨੇ ਲਾਏ, ਪਰ ਉਹ ਜੇ ਧਰਨੇ ਲਾਏ ਤਾਂ ਹੁਣ ਉਹਨਾਂ ਨੂੰ ਫਰਜ਼ ਨਿਭਾਉਣਾ ਚਾਹੀਦਾ ਲੋਕਾਂ ਨੂੰ, ਇਸ ਨਾਂ 'ਤੇ ਉਹਨਾਂ ਨੇ ਵੋਟਾਂ ਲਈਆਂ। ਨਹੀਂ, ਮਿਲ ਚੱਲਦੀ ਨਹੀਂ, ਮਿਲ ਤਾਂ ਪੂਡਨ ਜ਼ਮੀਨ ਵੇਚਤੀ ਸਾਰੀ ਇਹਨਾਂ ਨੇ। ਅੱਛਾ, ਮਿਲ ਨਹੀਂ ਚੱਲਦੀ ਹੁੰਦੀ, ਕਦੋਂ ਦੀ ਬੰਦ ਆ? ਇਹ ਤਾਂ ਘੱਟੋ ਘੱਟ 20 ਸਾਲ ਹੋ ਗਏ ਨੇ। ਠੀਕ ਹੈ ਜੀ, ਗੰਨਾ ਹੁੰਦਾ ਇਲਾਕੇ 'ਚ? ਗੰਨਾ ਹੁਣ ਲੋਕ ਲਾਉਂਦੇ ਨੇ ਜੀ, ਫਿਰ ਸ਼ੂਗਰ ਮਿਲ ਸਾਡੇ ਦੂਰ ਪੈਂਦੀਆਂ, ਥੋੜ੍ਹਾ ਘਣਾ ਕੋਈ ਕਲਾੜੀ ਵਗੈਰਾ ਨੂੰ ਵੇਚਣ ਵਾਸਤੇ ਦਿਓ। ਠੀਕ ਹੈ, ਹੋਰ ਕੋਈ ਉਦਯੋਗ ਇੰਡਸਟਰੀ ਚੰਗੀ ਹੈਗੀ ਰੁਜ਼ਗਾਰ? ਨਹੀਂ, ਬਿਲਕੁਲ ਇੰਡਸਟਰੀ ਨਹੀਂ ਗੀ, ਇੱਥੇ ਇੰਡਸਟਰੀ ਦੀ ਲੋੜ ਹੈ, ਬਹੁਤ ਵੱਡੀ ਲੋੜ ਹੈਗੀ ਹੈ। ਠੀਕ ਹੈ ਜੀ, ਇੱਥੇ ਲੋਕਾਂ ਨੂੰ, ਬੱਚਿਆਂ ਨੂੰ ਰੁਜ਼ਗਾਰ ਦੀ ਬਹੁਤ ਵੱਡੀ ਸਮੱਸਿਆ ਹੈ, ਕਿਉਂਕਿ ਅੱਜ ਬੱਚੇ ਸਾਡੇ ਜਦੋਂ ਇੱਥੇ ਰੁਜ਼ਗਾਰ ਨਹੀਂ ਮਿਲਦਾ ਬਾਹਰ ਜਾ ਰਹੇ ਆ, ਅਤੇ ਯਤਨ ਕਰਨੇ ਚਾਹੀਦੇ ਆ। ਅਸੀਂ ਵੀ ਇਹੀ ਕਹਾਂਗੇ ਜੇ ਸਾਡੀ ਸਰਕਾਰ ਆਉਂਦੀ ਹੈ, ਅਸੀਂ ਜ਼ੋਰ ਵੀ ਪਾਵਾਂਗੇ, ਜਿੰਨੀ ਕੁ ਮੇਰੀ ਜਾਇਜ਼ ਸਿਹਤ ਹੈ ਜਾਂ ਜਿੰਨੀ ਕੁ ਗੱਲ ਮੈਂ ਕਰ ਸਕਦਾ, ਜਿਸ ਵੀ ਪਲੇਟਫਾਰਮ 'ਤੇ ਅਸੀਂ ਕਰਾਂਗੇ। ਬਿਲਕੁਲ, ਕਿਉਂਕਿ ਸਾਡੇ ਪਰਿਵਾਰ ਨੂੰ ਤਾਂ ਅੱਗੇ ਵੀ ਮੇਰੇ ਪਿਤਾ ਜੀ ਬਾਰੇ ਇਹੀ ਕਹਿੰਦੇ ਸੀ ਵੀ ਜਿੰਨਾ ਰੁਜ਼ਗਾਰ ਉਹਨਾਂ ਨੇ ਦਿੱਤਾ ਕਿਸੇ ਨੇ ਦਿੱਤਾ ਹੀ ਨਹੀਂ। ਜਦੋਂ ਤੁਸੀਂ ਹੁਣ ਜਾਂਦੇ ਹੋ ਕਿਤੇ, ਕਿਉਂਕਿ ਤੁਸੀਂ ਆਪਣੇ ਫਾਦਰ ਸਾਹਿਬ ਦੀਆਂ ਸਿਫਤਾਂ ਕੀਤੀਆਂ, ਕੋਈ ਪੁਰਾਣਾ ਬੰਦਾ ਕਦੇ ਮਿਲਿਆ ਉੱਠ ਕੇ ਜਾਂ ਕਿਸੇ ਨੇ ਕਿਹਾ ਹੋਵੇ ਜੀ ਸਾਨੂੰ ਉਹਨਾਂ ਨੇ ਭਰਤੀ ਕੀਤਾ ਸੀ, ਅਸੀਂ ਉਹਨਾਂ ਦੇ ਸਮੇਂ 'ਤੇ ਭਰਤੀ, ਕਦੇ ਕੋਈ ਟੱਕਰਿਆ ਬੰਦਾ? ਬਿਲਕੁਲ, ਕਹਿੰਦੇ ਜੀ ਰੋਜ਼ਾਨਾ 2-4 ਥਾਈ ਹੁੰਦੇ ਆ। ਅੱਛਾ ਜੀ, ਢੁੱਡੀ ਪਿੰਡ ਉੱਦਾਂ ਗਿਆ ਮੈਂ, ਬਜ਼ੁਰਗ ਬੈਠਾ ਸੀ,
ਕਹਿੰਦਾ ਵੀ ਕਾਕਾ ਤੂੰ ਆਇਆ ਹੀ ਨਹੀਂ ਕਿਤੇ, ਤੇਰੇ ਬਾਪ ਦੇ ਅਸੀਂ ਸਾਲ ਨਹੀਂ ਭੁੱਲਦੇ। ਅੱਛਾ ਜੀ। ਅਤੇ ਸਾਡੇ ਦੋ ਪਰਿਵਾਰ ਦੇ ਟੀਚਰ ਲਾਏ ਇਸੇ ਤਰ੍ਹਾਂ। ਢੈਪੀ ਪਿੰਡ ਮੈਂ ਬਹੁਤ ਘੱਟ ਗਿਆ ਸੀ, ਪਰ ਜ਼ਿਲ੍ਹਾ ਪ੍ਰਧਾਨ ਬਣਨ ਤੋਂ ਬਾਅਦ 3-4 ਵਰ ਗਿਆ ਜੀ। ਉੱਥੇ ਬਜ਼ੁਰਗ ਨੇ ਮੇਰੀ ਵਾਹ ਫੜੀ, ਕਹਿੰਦੇ ਤੇਰੇ ਮੈਂ ਬਜ਼ੁਰਗ ਨਾ ਕੋਲੇ, ਤੇਰੇ ਬਾਪ ਕੋਲੇ ਗੁਰਮੇਲ ਸਿੰਘ ਗੋਲੇ ਵਾਲਿਆਂ ਨੂੰ ਲੈ ਕੇ ਗਿਆ ਸੀ ਬਰਾੜ ਨੂੰ। ਠੀਕ ਹੈ ਜੀ। ਉਹਨੇ 92 'ਚ ਪਹਿਲੀ ਵੋਟ ਪਾਈ ਸੀ ਅਤੇ ਮੇਰੀ ਲੜਕੀ ਨੂੰ ਟੀਚਰ ਲੱਗੇ ਅਤੇ ਅੱਜ ਹੁਣ ਐਡੀ ਵਧੀਆ ਤਨਖਾਹ ਲੈ ਰਹੀ ਹੈ। ਜਾਣੀ ਰੋਜ਼ਾਨਾ ਦੀ ਘਟਨਾ। ਅੱਛਾ, ਰੋਜ਼ਾਨਾ ਦੀਆਂ ਘਟਨਾਵਾਂ ਨੇ। ਹਾਂ। ਉਦੋਂ ਫਿਰ ਕਿਵੇਂ ਮਹਿਸੂਸ ਹੁੰਦਾ? ਮਾਣ ਹੁੰਦਾ ਜੀ, ਲੋਕ ਕੀਤੇ ਕੰਮਾਂ ਦੀ ਕਦਰ ਕਰਦੇ ਆ। ਬਾਟ ਸਾਹਿਬ ਮੈਨੂੰ ਕਹਿਣ 'ਚ ਝਿਜਕ ਨਹੀਂ ਜੀ। ਅੱਜ ਜੇ ਸਾਨੂੰ ਸਵਾਲ ਹੁੰਦੇ ਆ, ਲੋਕ ਸਾਡਾ ਘਰਾਓ ਕਰਦੇ ਆ ਜੀ, ਸਾਨੂੰ ਸਿਆਸੀ ਲੋਕਾਂ ਨੂੰ ਆਪਦੇ ਵਾਲੇ ਕੰਮ ਕਰਨ ਦਾ ਤਰੀਕਾ ਬਦਲਣਾ ਪਊਗਾ, ਕੀ ਸਾਡੇ 'ਚ ਕਮੀਆਂ ਉਹ ਦੂਰ ਕਰਕੇ ਚੱਲਣਾ ਪੈਣਾ। ਸੂਤੀ ਫਿਰ ਆਉਣਾ, ਸੂਤਾਊ ਹੁਣ ਚੋਰੀ ਦੇ ਪੁੱਤ ਗੱਭਰੂ ਨਹੀਂ ਹੋਣੇ। ਕਿਆ ਬਾਤ ਹੈ। ਠੀਕ ਹੈ ਜੀ, ਨਹੀਂ ਗੱਲ ਤੁਹਾਡੀ ਠੀਕ ਹੈ। ਅੱਛਾ ਬਰਾੜ ਸਾਹਿਬ, ਮੈਨੂੰ ਇਹ ਦੱਸਿਓ, ਮੈਨੂੰ ਕਦੇ ਕਦੇ ਤੁਹਾਡਾ ਨਾ ਕੰਮ ਔਖਾ ਲੱਗਦਾ ਹੁੰਦਾ ਲੀਡਰਾਂ ਦਾ, ਕਿ ਸਵੇਰੇ ਵੀ ਲੋਕਾਂ ਨੇ ਆ ਜਾਣਾ, ਤਕਾਲਾਂ ਅੱਧੀ ਰਾਤ ਨੂੰ ਵੀ ਟੈਲੀਫੋਨ ਖੜਕ ਪੈਣਾ, ਉਸ ਲਈ ਵੀ ਜਾਣਾ ਪੈਣਾ, ਸਾਰੀ ਦਿਹਾੜੀ ਹੁਣ ਜਾਣੀ ਧੁੱਪ ਆ, ਗਰਮੀ ਆ, ਘਰੇ ਨਹੀਂ ਬੰਦਾ ਬਹਿ ਸਕਦਾ, ਔਖਾ ਜਿਹਾ ਤਾਂ ਨਹੀਂ ਲੱਗਦਾ? ਸਮੇਂ ਦੇ ਨਾਲ ਬਹੁਤ ਬਦਲ ਗਈ ਹੁਣ ਰਾਜ। ਨਹੀਂ, ਔਖਾ ਵੀ ਨਹੀਂ, ਕੁਛ ਬਾਟ ਸਾਹਿਬ ਆਵਾਂ ਵੀ ਜ਼ਿੰਮੇਵਾਰੀਆਂ ਸਮਝਣੀਆਂ ਪੈਂਦੀਆਂ ਜੀ। ਜੇ ਮੇਰੇ ਸਰਕਾਰ ਜੋ ਪਿਤਾ ਰਾਮ ਲੰਮੇ ਸਮੇਂ ਤੋਂ ਲੋਕਾਂ ਦਾ ਇਸ ਫਰੀਦਕੋਟ ਜ਼ਿਲ੍ਹੇ ਦਾ ਹੀ ਵਾਰ ਹੈ, 23 ਸਾਲੋਂ ਜ਼ਿਲ੍ਹੇ ਦੇ ਪ੍ਰਧਾਨ ਰਹੇ ਹੈ। ਠੀਕ ਹੈ ਜੀ। ਘਰ ਦੇ ਪੁਰਾਣੇ ਵੱਡੇ ਜ਼ਿਲ੍ਹੇ ਦੇ ਜਿਹਦੇ 'ਚ ਮੋਗਾ ਅਤੇ ਮੁਕਤਸਰ ਵੀ ਆਉਂਦਾ ਸੀ ਜੀ, ਅਤੇ ਉਹਨਾਂ ਨੂੰ 28-29 ਸਾਲ ਕਰ ਆਦਤ ਵੀ ਬਣ ਗਈ ਅਤੇ ਇੱਥੇ ਮੈਨੂੰ ਪੰਜਾਬ 'ਚ ਉਹਨੂੰ ਕੰਮ ਵੀ ਨਹੀਂ, ਕਿਉਂਕਿ ਮੇਰਾ ਕੋਈ ਕਾਰੋਬਾਰ ਨਹੀਂ ਇੱਥੇ। ਠੀਕ ਹੈ ਜੀ। ਅਤੇ ਜਦੋਂ ਮੈਂ 5-7 ਦਿਨ ਜਾਂਦਾ, ਰਾਸਤਾ ਨਹੀਂ ਜਾਂਦਾ ਜੀ, ਅਤੇ ਇੱਥੇ ਫਿਰ ਮੈਂ ਘਰੇ ਬਹਿ ਕੇ ਵੀ ਕਰੂੰਗਾ, ਫਿਰ ਡਿਪਰੈਸ਼ਨ 'ਚ ਹੀ ਜਾਊਂਗਾ। ਠੀਕ ਹੈ ਜੀ। ਓਵਰਆਲ ਸਾਰੇ ਦੇਸ਼ ਦੇ ਵਿੱਚ ਕਾਂਗਰਸ ਦੀ ਸਥਿਤੀ ਕੀ ਲੱਗਦੀ ਹੈ? ਬਹੁਤ ਵਧੀਆ ਜੀ। ਜਿਹੜੇ ਮੋਦੀ ਸਾਹਿਬ ਕਹਿੰਦੇ ਸੀ 400 ਤੋਂ ਪਾਰ ਜੀ, ਅਤੇ ਅੱਜ 400 ਤੋਂ ਪਾਰ ਦੀ ਗੱਲ ਕਿਉਂ ਨਹੀਂ ਕਰਦੇ? ਜਿਹੜੇ ਮੋਦੀ ਸਾਹਿਬ ਕਿਤੇ ਕਹਿੰਦੇ ਸੀਗੇ ਇਹ ਦੇਸ਼ ਮੁਕਤ ਕਰਨਾ ਕਾਂਗਰਸ ਤੋਂ, ਅਤੇ ਮੇਰੀ ਗੱਲ ਯਾਦ ਰੱਖ ਲਓ, ਅੱਬ ਦੇ ਮੈਂ ਤਜਰਬੇ 'ਚੋਂ ਦੱਸਦਾ, ਤੁਹਾਡਾ ਵੀ ਪੱਤਰਕਾਰ ਦੇ ਖੇਤਰ 'ਚ ਬਹੁਤ ਵੱਡਾ ਤਜਰਬਾ ਹੈ, ਲੋਕ ਤੁਹਾਨੂੰ ਸੁਣਦੇ ਹੈ, ਤੁਹਾਡੇ ਚੈਨਲ ਦੀ ਬਹੁਤ ਵੱਡੀ ਗੱਲ ਹੈ ਜੀ ਪ੍ਰਾਈਮ ਏਸ਼ੀਆ ਦੀ, ਯਾਦ ਕਰੋ ਇਹ ਮੋਦੀ ਮੁਕਤ ਭਾਰਤ ਹੋ ਜਾਣਾ 4 ਤਰੀਕ ਨੂੰ ਰਿਜ਼ਲਟ ਵਾਲੇ ਦਿਨ। ਹਾਂ, ਪੱਕਾ। ਅੱਛਾ ਬਰਾੜ ਸਾਹਿਬ, ਮੈਨੂੰ ਇਹ ਦੱਸਿਓ, ਤੁਹਾਡੀ ਉਮਰ ਕਿੰਨੀ ਹੋ ਗਈ? ਮੇਰੀ ਉਮਰ 56 ਸਾਲ। ਤੁਸੀਂ ਇਸ ਇਲਾਕੇ ਦੇ ਵਿੱਚ ਕਣਕ ਝੋਨੇ ਤੋਂ ਬਿਨਾਂ ਕੋਈ ਦਾਲਾਂ ਦੂਲਾਂ, ਕੋਈ ਹੋਰ ਫਸਲਾਂ, ਕਪਾਹ ਕਪੂਹ ਹੁੰਦੀ ਦੇਖੀ ਹੈ? ਮੈਂ ਕਪਾਹ ਖੁਦ ਸਾਡੇ ਘਣੀਆਲੇ ਜੀ, ਕੋਟਪੁਰੇ ਏਸ਼ੀਆ ਦੀ ਸਭ ਤੋਂ ਵੱਡੀ ਕਾਟਨ ਮੰਡੀ ਸੀ। ਠੀਕ ਹੈ ਜੀ। ਦੌਰ ਦੇਖਿਆ, ਬਿਮਾਰੀਆਂ ਆਈਆਂ, ਨਰਮਾ ਹੁਣ ਹਟ ਗਿਆ ਜੀ, ਮਜਬੂਰੀ ਬਸ ਝੋਨੇ ਨਹੀਂ ਗਏ ਅਸੀਂ, ਸਾਡਾ ਨਵਾਂ ਏਰੀਆ ਸੀ, ਪਹਿਲਾਂ ਝੋਨਾ ਜਦੋਂ ਲਾਉਂਦੇ ਸੀ ਖੁਦ ਅਸੀਂ ਕੱਦੂ ਕਰਦੇ ਰਹੇ, ਮੈਂ ਪਾਣੀ ਨਹੀਂ ਖੜਦਾ ਸੀ। ਠੀਕ ਹੈ ਜੀ। ਉਹਦੇ 'ਚੋਂ ਡੀਲਾ ਕੱਢਣ ਅਤੇ ਤੇ ਨਦੀਨ ਕੱਢਣ 'ਤੇ ਬਹੁਤ ਵੱਡਾ ਖਰਚਾ ਹੁੰਦਾ ਸੀ ਜੀ, 3-4 ਸਾਲਾਂ ਬਾਅਦ ਪਾਣੀ ਖੜਨ ਲੱਗਾ, ਝੋਨਾ ਹੋਣ ਲੱਗਾ, ਝੋਨੇ ਨੇ ਸਾਨੂੰ ਬਹੁਤ ਕਿਸਾਨੀ ਨੂੰ ਪੈਰਾਂ ਸਿਰ ਕੀਤਾ ਜੀ, ਪਰ ਅੱਜ ਪਾਣੀ ਸਾਡਾ ਥੱਲੇ ਜਾ ਰਿਹਾ, ਖਾਦਾਂ ਇੰਨੀਆਂ ਪਾ ਕੇ, ਕੈਮੀਕਲ ਸਪਰੇਆਂ ਵਰਤ ਕੇ ਜ਼ਮੀਨ ਵੀ ਜ਼ਹਿਰੀਲੀ ਕਰ ਲਈ, ਪਾਣੀ ਬਾਰੇ ਅਸੀਂ ਚਿੰਤਤ ਹੈ, ਅਤੇ ਜੇ ਅਸੀਂ ਹੋਰ ਫਸਲ ਬੀਜਦੇ ਹਾਂ ਉਹਦਾ ਭਾਅ ਨਹੀਂ ਮਿਲਦਾ, ਭਾਅ ਨਹੀਂ ਮਿਲਦਾ। ਜੇ ਹੋਰ ਫਸਲ ਜਾਣੀ ਇੱਥੇ ਕਦੇ ਦਾਲਾਂ ਵੀ ਬੀਜੀਆਂ ਜਾਂਦੀਆਂ ਸੀ ਕਿ ਨਹੀਂ? ਬਹੁਤੀਆਂ ਸਭ ਕੁਛ ਸੀ, ਮੱਕੀ ਹੋ ਰਹੀ, ਦਾਲਾਂ ਬੀਜੀਆਂ ਜੀ, ਜੇ ਉਹਦਾ ਭਾਅ ਮਿਲੇ ਤਾਂ ਲੋਕ ਬੀਜਣ, ਸੂਰਜਮੁਖੀ ਮੈਂ ਖੁਦ ਬੀਜਦਾ ਰਿਹਾ। ਠੀਕ ਹੈ ਜੀ। ਅਤੇ ਉਹ ਵਿਕਦੀ ਰਹੀ ਚੰਗੇ ਭਾਅ? ਉਦੋਂ ਵਿਕਦੀ ਸੀ, ਹੁਣ ਨਹੀਂ ਹੈ ਜੀ, ਹੁਣ ਨਹੀਂ ਭਾਅ ਹੈ ਨਹੀਂ ਜੀ, ਹੁਣ ਤਾਂ 2 ਗੱਲਾਂ ਦੇ ਭਾਅ ਹੈ, ਅਸੀਂ ਕਹਿੰਦੇ ਹਾਂ 6 ਮਹੀਨੇ ਜਾਂ 3 ਮਹੀਨੇ ਫਸਲ ਬੀਜ ਦਿੰਦੇ ਹਾਂ ਜੀ, ਉਦੋਂ ਸਾਂਭਦੇ ਹਾਂ, ਮੰਡੀ 'ਚ ਲਾ ਕੇ ਜਾਂਦੇ ਹਾਂ ਅਸੀਂ, ਆਉਂ ਨਹੀਂ ਕਹਿੰਦੇ, ਚਲੋ ਮੰਡੀ ਸੁੱਟ ਦਈਏ ਜੀ, ਇਹ ਜਦੋਂ ਅਸੀਂ ਮੰਡੀ 'ਚ ਝੋਨਾ ਕਣਕ ਸੁੱਟ ਦਿੰਦੇ ਹਾਂ ਇਹ ਵਿਕ ਜਾਂਦਾ, ਵਿਕ ਜਾਂਦਾ, ਅਤੇ ਸਾਨੂੰ ਇਹ ਵੀ ਪਤਾ ਹੁੰਦਾ ਵੀ ਇਹਦਾ ਇੰਨਾ ਰੇਟ ਮਿਲਣਾ, ਹਾਲਾਂਕਿ ਅੱਜ ਕਿੰਨੀਆਂ ਖਾਦਾਂ, ਡੀਜ਼ਲ ਦਾ ਕੀ ਰੇਟ ਹੈ, ਕੀ ਲੇਬਰ ਦਾ ਰੇਟ ਹੈ,
ਸਾਰਾ ਕੁਛ ਮਹਿੰਗਾ ਹੋ ਗਿਆ, ਉਸ ਮੁਤਾਬਕ ਖੇਤੀ ਹੁਣ ਲਾਹੇਵੰਦ ਧੰਦਾ ਨਹੀਂ ਹੈ। ਇੱਕ ਖੇਤੀ ਤੋਂ ਮੈਂ ਫਿਰ ਸਿਆਸੀ ਖੇਤੀ 'ਤੇ ਆਉਂਦਾ। ਮੈਂ ਜਲੰਧਰੋਂ ਤੁਰਿਆ ਸੀ, ਮੋਗਾ ਕੋਟਕਪੁਰਾ ਟੱਪ ਟੁੱਪ ਕੇ ਤੁਹਾਡੇ ਕੋਲ ਫਰੀਦਕੋਟ ਪਹੁੰਚਾਂ, ਮੈਨੂੰ ਕਿਤੇ ਕਿਸੇ ਸਿਆਸੀ ਪਾਰਟੀ ਦੀ ਝੰਡੀ ਲੱਗੀ ਨਜ਼ਰ ਨਹੀਂ ਆਈ ਕਿਸੇ ਦੀ ਛੱਤ 'ਤੇ। ਅਸੀਂ ਜਦੋਂ ਛੋਟੇ ਹੁੰਦੇ ਸੀ, ਮੈਂ ਇਹ ਨਹੀਂ ਦੱਸਣਾ ਕਿਹੜੀ ਪਾਰਟੀ ਦੀ ਹੁੰਦੀ ਸੀ, ਪਰ ਅਸੀਂ ਆਪਣੇ ਸਾਈਕਲਾਂ ਦੇ ਨਾਲ ਵੀ ਬ੍ਰੇਕਾਂ 'ਤੇ ਟੰਗੀਆਂ ਹੁੰਦੀਆਂ ਸੀ ਡੰਡਾ ਲਾ ਕੇ, ਲੋਕਾਂ ਨੇ ਸਕੂਟਰਾਂ ਨਾ ਮੂਹਰੇ ਬੰਨ੍ਹ ਲੈਣੀਆਂ, ਕਾਰ ਦੇ ਬੋਨਟਰਾਂ ਬੰਨ੍ਹ ਲੈਣੀਆਂ। ਲੋਕਾਂ ਦੇ ਵਿੱਚ ਥੋੜ੍ਹੀ ਜਿਹੀ ਨਿਰਾਸ਼ਾ ਉਦਾਸੀਨਤਾ ਜੀ ਦਾ ਨਹੀਂ ਨਜ਼ਰ ਆ ਰਹੀ? ਬਿਲਕੁਲ ਗੱਲ ਠੀਕ ਹੈ ਤੁਹਾਡੀ, ਕੋਈ ਝੰਡੀ ਨਹੀਂ ਲਾ ਰਿਹਾ ਕਿਸੇ ਵੀ ਪਾਰਟੀ ਦੀ ਜੀ, ਹਾਲਾਂਕਿ ਰਾਜਘਰ ਦੀ ਪਾਰਟੀ ਦਾ ਹੁੰਦਾ ਕੁਛ, ਉਹਨਾਂ ਦੇ ਵੀ ਦੇਖ ਲਓ ਕਿੰਨੇ ਕੁ ਲੱਗੇ ਹੈ। ਇਹ ਲੋਕਾਂ ਦਾ ਇੰਟਰਸਟ ਬਹੁਤ ਘੱਟ ਹੈ, ਅਤੇ ਮੈਂ ਸਮਝਦਾ ਵੀ ਇਸ ਵਾਰ ਨਾ ਵੋਟ ਪੋਲਿੰਗ ਰੇਸ਼ੋ ਬਹੁਤ ਘਟੇਗੀ। ਬਹੁਤ ਘਟੇਗੀ ਤੁਹਾਨੂੰ ਲੱਗਦਾ? ਲੱਗਦਾ। ਠੀਕ ਹੈ ਜੀ, ਫਿਰ ਵੀ ਆਸ ਬੰਦ ਹੋ ਕੇ ਫਰੀਦਕੋਟ ਤੋਂ ਇੱਥੇ ਜੇ ਸਾਡਾ ਸਿਸਟਮ, ਸਾਡਾ ਵਰਕਰ ਉਤਸ਼ਾਹ 'ਚ ਹੈ। ਠੀਕ ਹੈ ਜੀ, ਆਮ ਵੋਟਰ ਵੀ ਜਿਹੜਾ ਸਾਡੇ ਪਾਸੇ ਗਿਆ ਸੀ, ਖਾਸ ਕਰਕੇ ਗਰੀਬ ਵੋਟਰ, ਉਹ ਸਾਰੇ ਵਾਪਸ ਆ ਰਹੇ। ਬਦਲਾਅ ਤੋਂ ਵੀ ਵੇਖ ਲਿਆ ਉਹਨਾਂ ਨੇ, ਮੋਦੀ ਸਾਹਿਬ ਦੇ 10 ਸਾਲਾਂ ਦਾ ਕੰਮ ਵੀ ਦੇਖ ਲਿਆ, ਪੰਜਾਬ ਦੇ ਖਾਸ ਕਰਕੇ ਲੋਕ ਜਿਹੜੇ 700 ਕਿਸਾਨ ਸਾਡਾ ਬਾਰਡਰ 'ਤੇ ਸ਼ਹੀਦ ਹੋਇਆ ਹੈ, ਜੋ ਅੱਜ ਵੀ ਹਰਿਆਣੇ ਦੇ ਬਾਰਡਰ 'ਤੇ ਬੈਠੇ ਹੈ, ਪੰਜਾਬ ਦੇ ਅਣਖੀ ਲੋਕ ਹੈ, ਉਹਨਾਂ ਨੂੰ ਪਤਾ ਵੀ ਹੁਣ ਜਿਹੜਾ ਕਰਜ਼ਾ ਮੋਦੀ ਸਾਹਿਬ ਨੇ ਕਿਸਾਨਾਂ ਅਤੇ ਮਜ਼ਦੂਰਾਂ 'ਤੇ ਚੜਾਇਆ ਹੈ, ਉਹ ਲਾਉਣ ਦਾ ਸਮਾਂ ਆ ਗਿਆ। ਅਤੇ ਜੇ ਅਸੀਂ ਕਾਂਗਰਸ ਨੂੰ ਵੋਟ ਪਾਵਾਂਗੇ ਤਾਂ ਇਹ ਹੀ ਬੀਜੇਪੀ ਨੂੰ ਚੱਲਦੀ ਕਰ ਸਕਦੀ ਹੈ। ਪ੍ਰਧਾਨ ਕੀ ਬਹੁਤ ਔਖੀ ਮਿਲੀ? ਨਹੀਂ ਜੀ ਨਹੀਂ, ਮੈਂ ਕਿਸੇ ਨੂੰ ਨਹੀਂ ਕਿਹਾ। ਨਹੀਂ, ਦਿੱਲੀ ਦੇ ਗੇੜੇ, ਚੰਡੀਗੜ੍ਹ ਕਿਤੇ ਗਿਆ? ਦਿੱਲੀ ਮੈਂ ਗਏ ਨੂੰ 15 ਸਾਲ ਹੋ ਗਏ ਨੇ। ਅੱਛਾ, ਹਾਂਜੀ। ਨਹੀਂ ਫਿਰ ਪ੍ਰਧਾਨ ਕੀ ਕਿੱਦਾਂ ਮਿਲ ਗਈ? ਬਸ ਕੰਮ ਦੇਖਿਆ, ਮੇਰਾ ਵਿਰੋਧ ਕਿਸੇ ਨੇ ਨਹੀਂ ਕੀਤਾ, ਨਾ ਜ਼ਿਲ੍ਹੇ 'ਚੋਂ। ਘਰੇ ਬੈਠਿਆਂ ਨੂੰ ਮਿਲੀ ਕੰਮ ਕਰਦਿਆਂ ਨੂੰ? ਮੈਨੂੰ ਬੁਲਾ ਕੇ। ਅੱਛਾ, ਬੁਲਾ ਕੇ ਪ੍ਰਧਾਨਗੀ ਦਿੱਤੀ ਹੈ? ਇੱਥੇ ਤਾਂ ਮਾਰਾ ਰੌਲੇ ਪੈਂਦੇ ਹੁੰਦੇ, ਮਾਰੋ ਮਾਰ ਹੁੰਦੀ ਆ ਕਿ ਪ੍ਰਧਾਨ ਅਸੀਂ ਬਣਨਾ, 5-5, 7-7 ਬੰਦੇ ਤੁਰੇ ਹੁੰਦੇ ਆ। ਨਾ ਤਾਂ ਜ਼ਿਲ੍ਹੇ ਦੀ ਲੀਡਰਸ਼ਿਪ ਨੇ ਜੀ ਮੇਰਾ ਵਿਰੋਧ ਕੀਤਾ ਜੀ, ਪ੍ਰਦੇਸ਼ ਦੇ ਪ੍ਰਧਾਨ ਮਾਨਯੋਗ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਬੁਲਾਇਆ ਜੀ, ਵੀ ਕਹਿੰਦੇ ਕਿਵੇਂ। ਮੈਂ ਕਿਹਾ ਮੇਰੇ ਕਾਗਜ਼ ਦਾ ਖੀਰਲਾ ਸਾਹਿਬ ਹੀ ਕਾਗਜ਼ 'ਚ ਲੈਣਾ ਜੀ, ਪਹਿਲਾਂ ਬੜੇ ਹਾਲਾਤ ਕੁਛ ਹੋਏ ਪਰਿਵਾਰ ਨਾਲ, ਉਹਨਾਂ 'ਚ ਮੈਂ ਜਾਣਾ ਨਹੀਂ ਚਾਹੁੰਦਾ। ਠੀਕ, ਉਹ ਗੱਲ ਕਰਨ ਦਾ ਨਾ ਤਾਂ ਮੈਨੂੰ ਫਾਇਦਾ ਨਾ ਪਾਰਟੀ ਨੂੰ ਫਾਇਦਾ। ਬਿਲਕੁਲ ਠੀਕ ਹੈ, ਅਤੇ ਪੂਰੀ ਤਨਦੇਹੀ ਨਾਲ ਪਾਰਟੀ ਸੇਵਾ ਕਰਨੀ ਹੈ। ਕੋਈ ਜੇ ਇਹ ਵੀ ਹੈ, ਜਿੰਨਾ ਚਿਰ ਕੰਮ ਕਰਨਾ ਹੈ ਸਾਰੇ ਸੀਨੀਅਰ ਦਾ ਸਤਿਕਾਰ ਨਾਲ, ਵਰਕਰਾਂ ਨੂੰ ਵੀ ਪਿਆਰ ਨਾਲ, ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨਾ ਹੈ। ਜੇ ਪਾਰਟੀ ਕਿਸੇ ਨੂੰ ਹੋਰ ਵੀ ਬਣਾਊਗੀ, ਉਹਦੇ ਨਾਲ ਬਾਠ ਸਾਹਿਬ ਤੁਹਾਨੂੰ ਵਿਸ਼ਵਾਸ ਦਿਵਾਉਣਾ, ਵਰਕਰ ਦੇ ਤੌਰ 'ਤੇ ਕੰਮ ਕਰੂੰਗਾ, ਪੰਜੇ ਅਤੇ ਤਿਰੰਗੇ ਵਾਸਤੇ ਕੰਮ ਕਰੂੰਗਾ। ਅੱਛਾ, ਜੇ ਕੱਲ੍ਹ ਨੂੰ ਮੰਨ ਲਓ ਹੋਰ ਕੋਈ ਬੰਦਾ ਪ੍ਰਧਾਨ ਬਣਿਆ ਤਾਂ ਵੀ ਕੰਮ ਕਰੋਗੇ? ਵਰਕਰ ਦੇ ਤੌਰ 'ਤੇ। ਕਿਆ ਬਾਤ! ਨਹੀਂ, ਬੰਦੇ ਦਾ ਟਾਈਮ ਨਹੀਂ ਚੱਕ ਲੈਂਦੇ ਉਹਦੇ ਝੋਲਾ? ਕੋਈ ਗੱਲ ਨਹੀਂ, ਜੋ ਕੋਈ ਮੇਰੇ 'ਚ ਕਮੀਆਂ ਹੋਣਗੀਆਂ ਜੀ, ਜ਼ਰੂਰੀ ਤਾਂ ਨਹੀਂ ਮੈਂ ਸਾਰੀਆਂ ਗੱਲਾਂ ਤਾਂ ਸੱਚਾ ਨਹੀਂ। ਠੀਕ ਹੈ ਜੀ। ਅੱਛਾ ਬਰਾੜ ਸਾਹਿਬ, ਦੋ ਚੀਜ਼ਾਂ ਹੋਰ ਪੁੱਛਣੀਆਂ। ਪਹਿਲੀ ਗੱਲ ਤਾਂ ਇਹ ਕਿ ਅੱਜ ਸਵੇਰ ਦੇ ਤੁਸੀਂ ਕਿਹਾ 4 ਪਿੰਡਾਂ ਜਾਣਾ, ਹੁਣੇ ਹੀ ਸ਼ੁਰੂ ਕਰਨਾ ਕਿ ਸਵੇਰੇ ਵੀ ਗਿਆ ਸੀ ਕਿਤੇ? ਨਹੀਂ, ਮੈਂ ਰੋਜ਼ਾਨਾ ਹੀ 8 ਵਜੇ ਨਿਕਲ ਜਾਂਦਾ। ਠੀਕ ਹੈ ਜੀ। ਅੱਜ ਸ਼ਾਮ ਨੂੰ ਅਸੀਂ 4 ਪਿੰਡਾਂ 'ਚ ਸਾਡੇ ਸਤਿਕਾਰਯੋਗ ਹਲਕਾ ਇੰਚਾਰਜ ਮੀਤਪੁਰਾ ਖੁਸ਼ਦੀਪ ਸਿੰਘ ਢਿੰਡੋਰਾ ਦੇ ਨਾਲ ਜੀ, ਕਾਬਲ ਵਾਲਾ, ਹਸਨ ਪੱਟੀ, ਭਾਰਥਲਾ, ਵੱਡਾ ਛੋਟਾ, ਫਿਰ 2 ਫੰਕਸ਼ਨ ਸਾਡੇ 4 ਪਿੰਡ ਚੇਤੇ ਆ ਤੁਹਾਨੂੰ? 2 ਪਿੰਡ ਸ਼ਹਿਰ ਦੇ ਹਰਗੋਬਿੰਦ ਨਾਂ ਚੇਤੇ ਆ ਤੁਹਾਨੂੰ ਪਿੰਡਾਂ ਦੇ? ਲੀਡਰਾਂ ਨਾਂ ਨਹੀਂ ਚੇਤੇ ਹੁੰਦੇ ਆਮ ਤੌਰ 'ਤੇ, ਡਰਾਈਵਰ ਨੂੰ ਪਤਾ ਹੁੰਦਾ ਕਿੱਧਰ ਜਾਣਾ। 92 ਤੋਂ ਲੱਗਿਆ ਜੀ। ਸਵੇਰੇ ਕਿੱਥੇ ਗਏ? ਸਵੇਰੇ ਵੀ ਗਏ 1-2 ਪਿੰਡਾਂ 'ਚ? ਨਹੀਂ, ਮੈਂ ਸੁਭਾਅ ਜੀ ਨਾ ਜੀ ਦਾਖਾ ਜਾ ਕੇ ਆਇਆ। ਦਾਖਾ ਜਾ ਕੇ ਸਾਡੇ BSP ਦੇ ਜ਼ਿਲ੍ਹਾ ਪ੍ਰਧਾਨ ਸੀ ਜੀ ਕੁਲਦੀਪ ਸਿੰਘ, ਵਕੀਲ ਵੀ ਰਿਹਾ। ਠੀਕ ਹੈ, ਉਹਨਾਂ ਨੂੰ ਕਾਂਗਰਸ 'ਚ ਜੁਆਇਨ ਕਰਾਈ ਹੈ। ਅੱਛਾ, ਵੱਡਾ ਕੰਮ ਕਰਕੇ ਆਏ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਅਗਵਾਈ 'ਚ ਉੱਥੇ। ਠੀਕ ਹੈ ਜੀ। ਚਲੋ ਬਰਾੜ ਸਾਹਿਬ, ਅਸੀਂ ਇਸ ਗੱਲ ਦੀ ਉਮੀਦ ਕਰਦੇ, ਤੁਸੀਂ ਇੱਕ ਵਿੱਚ ਲਾਈਨ ਬੋਲੀ ਸੀ ਕਿ ਭਾਈ ਜਿਹਨੂੰ ਮਰਜ਼ੀ ਜਾ ਕੇ ਪੁੱਛ ਲਓ, ਦਾਗ ਨਹੀਂ ਲੱਗਣ ਦੇਣਾ, ਅਸੀਂ ਉਮੀਦ ਕਰਦੇ ਹਾਂ ਕਾਇਮ ਰਹੋ। ਬਿਲਕੁਲ ਜੀ, ਨਾਲੇ ਕਹਿਣ ਨੂੰ ਨਹੀਂ ਉਹ ਤਾਂ ਅਗਲੇ ਨਹੀਂ, ਉਹਦੇ ਮਨ ਪੜ ਕਹਿ ਦੇਣਾ, ਤਾਂ ਲੋਕ ਕਹਿਣ ਨੂੰ ਹਟਦੇ ਹੀ ਨਹੀਂ। ਹਾਂਜੀ, ਉਹਨਾਂ ਨੇ ਕਹਿਣਾ ਵੀ ਆਹ ਭਾਈ ਤੂੰ ਹੁਣ ਪੱਗ ਬਦਲ ਲਾ, ਦਾਗ ਹੋ ਗਿਆ। ਚਲੋ ਬਰਾੜ ਸਾਹਿਬ, ਬਹੁਤ ਸ਼ੁਕਰੀਆ ਜੀ ਗੱਲਾਂ ਬਾਤਾਂ ਹੋਈਆਂ। ਮੇਰੇ ਲਈ ਅੱਜ ਬਰਾੜ ਸਾਹਿਬ ਬਹੁਤ ਖੁਸ਼ੀ ਦੀ ਗੱਲ ਹੈ, ਐਡੇ ਵੱਡੇ ਚੈਨਲ ਨਾਲ ਤੁਸੀਂ ਮੈਨੂੰ ਗੱਲ ਕਹਿਣ ਦਾ ਮੌਕਾ ਦਿੱਤਾ।
ਤੇ ਤੁਹਾਡਾ ਵੀ ਬਹੁਤ ਧੰਨਵਾਦ ਬਾਬਾ ਫਰੀਦ ਨਗਰੀ ਜੀ ਦੁਆਰਾ ਆਉਂਦੇ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਸਰਦਾਰ ਨਵਦੀਪ ਸਿੰਘ ਬੱਬੂ ਬਰਾੜ ਹੋਰੀ ਸਾਡੇ ਨਾਲ ਸੀ, ਜ਼ਿਲ੍ਹਾ ਕਾਂਗਰਸ ਕਮੇਟੀ ਫਰੀਦਕੋਟ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਬਰਾੜ, ਸਾਬਕਾ ਕੈਬਨਿਟ ਮੰਤਰੀ, ਉਹਨਾਂ ਦੇ ਪਿਤਾ ਜੀ ਸਨ। ਲੰਬਾ ਚੌੜਾ ਪਰਿਵਾਰ ਦਾ ਜਿਹੜਾ ਉਹ ਸਿਆਸੀ ਇਤਿਹਾਸ ਹੈ, ਅਤੇ ਤਿੰਨ ਚਾਰ ਚੀਜ਼ਾਂ ਜਿਹੜੀਆਂ ਬੜੀਆਂ ਇੰਪੋਰਟੈਂਟ ਨੇ। ਇੱਕ ਤਾਂ ਉਹਨਾਂ ਨੇ ਇਹ ਗੱਲ ਮੰਨੀ ਹੈ ਕਿ ਐਤਕੀ ਲੋਕਾਂ ਦੇ ਵਿੱਚ ਉਨਾ ਇੰਟਰਸਟ, ਉਨਾ ਉਤਸ਼ਾਹ, ਉਨੀ ਰੁਚੀ ਹੈ ਨਹੀਂ। ਲੀਡਰ ਮੰਨਦੇ ਨੇ, ਲੀਡਰ ਕਹਿੰਦੇ ਹੁੰਦੇ ਕਿ ਤਾਬੜ ਤੋੜ ਵੋਟਾਂ ਪੈਣਗੀਆਂ। ਦੂਸਰਾ ਉਹਨਾਂ ਨੇ ਕਿਹਾ ਕਿ ਭਾਈ ਦਾਗ ਨਹੀਂ ਲੱਗਣ ਦੇਣਾ। ਤੀਸਰੀ ਗੱਲ ਕਿ ਜੇ ਕੱਲ੍ਹ ਨੂੰ ਕੋਈ ਹੋਰ ਵੀ ਬੰਦਾ ਇਸ ਕੁਰਸੀ 'ਤੇ ਹੋਇਆ ਤਾਂ ਵਰਕਰ ਬਣ ਕੇ ਨਾਲ ਤੁਰਾਂਗੇ। ਚਲੋ ਨਤੀਜਾ ਕੀ ਹੁੰਦਾ ਉਹ ਇੱਕ ਵੱਖਰੀ ਗੱਲ ਹੈ, ਪਰ ਘੱਟੋ ਘੱਟ ਸਿਆਸੀ ਲੀਡਰਸ਼ਿਪ ਦੇ ਵਿੱਚ ਹੌਲੀ ਹੌਲੀ ਪੰਜਾਬ ਦੇ ਵਿੱਚ ਸਾਫ਼ ਗੋਈ ਜਿਹੜੀ ਹੈ ਆਉਣੀ ਜ਼ਰੂਰ ਚਾਹੀਦੀ ਹੈ। ਤੁਹਾਡੀ ਕੋਈ ਵੀ ਟਿੱਪਣੀ ਹੋਵੇ, ਕੋਈ ਵੀ ਤੁਹਾਡਾ ਸੁਝਾਅ ਹੋਵੇ, ਤੁਸੀਂ ਸਹੀ ਪਰਿਵਾਰ ਦੇ ਵਿੱਚ ਬੈਠ ਕੇ ਪੜ੍ਹੀ ਸੁਣੀ ਜਾ ਸਕਣ ਵਾਲੀ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੀ ਉਹ ਟਿੱਪਣੀ ਕਰ ਸਕਦੇ ਹੋ। ਸੋ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਇੱਥੋਂ ਫਰੀਦਕੋਟ ਤੋਂ ਦਿਓ ਆ ਗਿਆ। ਦੇਖ ਜਾਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।